ਪੰਜਾਬ ਸਾਹਿਤ ਅਕਾਡਮੀ ਵੱਲੋਂ ਜ਼ਿਲ੍ਹਾਵਾਰ ਪ੍ਰੋਗਰਾਮਾਂ ਦੇ ਸਿਲਸਿਲੇ 'ਚ ਬਠਿੰਡਾ ਜ਼ਿਲ੍ਹੇ ਦਾ ਕਵੀ ਦਰਬਾਰ ਬਠਿੰਡੇ ਦੇ ਟੀਚਰ ਹੋਮ 'ਚ ਕਰਵਾਇਆ ਗਿਆ। ਸਮਾਗਮ ਦੇ ਮੁੱਖ ਮਹਿਮਾਨ ਵਜੋਂ ਅਕਾਦਮੀ ਦੀ ਪ੍ਰਧਾਨ ਡਾਕਟਰ ਸਰਬਜੀਤ ਕੌਰ ਸੋਹਲ ਸ਼ਿਰਕਤ ਲਿਆਏ ਤੇ ਪ੍ਰਧਾਨਗੀ ਡਾਕਟਰ ਰਵਿੰਦਰ ਸੰਧੂ ਨੇ ਕੀਤੀ। ਪ੍ਰਧਾਨਗੀ ਮੰਡਲ 'ਚ ਡਾਕਟਰ ਲਾਭ ਸਿੰਘ ਖੀਵਾ ਤੇ ਬਲਵੰਤ ਭਾਟੀਆ ਵੀ ਮੌਜੂਦ ਸਨ। ਸਮਾਗਮ ਦੇ ਆਰੰਭ 'ਚ ਡਾਕਟਰ ਲਾਭ ਸਿੰਘ ਖੀਵਾ ਨੇ ਹਾਜ਼ਰੀਨ ਨੂੰ ਜੀ ਆਇਆਂ ਆਖਦਿਆਂ ਆਖਿਆ, ਸਰਕਾਰੀ ਆਪਣੇ ਤੌਰ ਤੇ ਚਾਰ ਅੱਖਰਾਂ ਦਾ ਨਾਮ ਹੈ, ਪਰ ਸਰਕਾਰੀ ਦੇ ਵਿੱਚ ਬੜਾ ਕੁਝ ਸਮੋਇਆ ਹੁੰਦਾ ਹੈ ਜਦੋਂ ਫਰਕਾਰੀ ਬਣਦੀ ਹੈ। ਸੋ ਇਸ ਤਰ੍ਹਾਂ ਜਿਹੜੀ ਕਵਿਤਾ ਹੈ, ਕਵਿਤਾ ਨੂੰ ਸਾਡੇ ਕਵੀ ਆਪਣੀ ਸਿਰਜਣ ਪ੍ਰਕਿਰਿਆ ਦੇ ਰਾਹੀਂ ਸਾਡੇ ਤੱਕ ਉਹ ਪਹੁੰਚਾ ਰਹੇ ਹੈ, ਉਹਨਾਂ ਨੂੰ ਅੱਜ ਦੇਖਣਾ ਹੈ। ਜਿਹੜੇ ਗਹਿਰ ਗੰਭੀਰ ਸਾਡੇ ਵਿੱਚੋਂ ਕੁਝ ਸਰੋਤੇ ਹਨ, ਮੈਨੂੰ ਆਸ ਹੈ ਕਿ ਅਸੀਂ ਸਾਰੇ ਹੀ ਗਹਿਰ ਗੰਭੀਰ ਸਰੋਤੇ ਹਾਂ। ਅਸੀਂ ਅੱਜ ਇਹ ਵੈਲੂਏਸ਼ਨ ਵੀ ਕਰਨਾ ਹੈ ਕਿ ਸਾਡੀ ਪੰਜਾਬੀ ਕਵਿਤਾ ਕਿੱਥੇ ਖੜੀ ਹੈ, ਕੀ ਰਿਸਪੋਂਡ ਕਰਦੇ ਹੈ ਸਾਡੇ ਅੱਜ ਦੇ ਸਮਾਜ ਨੂੰ। ਸੋ ਤੁਸੀਂ ਸਾਰੇ ਆਏ ਹੋ, ਤੁਹਾਡੇ ਸਾਰਿਆਂ ਨੂੰ ਮੈਂ ਪੰਜਾਬੀ ਸਹਿਤ ਸਭਾ ਬਠਿੰਡਾ ਵੱਲੋਂ ਤੇ ਸਹਿਤ ਅਕਾਡਮੀ ਵੱਲੋਂ ਸਾਰਿਆਂ ਨੂੰ ਜੀ ਆਇਆ ਕਹਿੰਦਾ ਹਾਂ, ਦਿਲੋਂ ਜੀ ਆਇਆ ਕਹਿੰਦਾ ਹਾਂ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਸ ਤੋਂ ਬਾਅਦ ਸਮਾਗਮ ਦੇ ਕਨਵੀਨਰ ਬਲਵੰਤ ਭਾਟੀਆ ਨੇ ਇਨ੍ਹਾਂ ਸਮਾਗਮਾਂ ਦੀ ਵਿਉਂਤਬੰਦੀ, ਮਕਸਦ ਤੇ ਅਕਾਦਮੀ ਦੇ ਹੋਰ ਨਿਸ਼ਾਨਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਜਿਹੜੇ ਅਕਾਦਮੀ ਦੇ ਪ੍ਰੋਗਰਾਮ ਨੇ, ਇਹ ਮਹਿਜ਼ ਕਹਾਣੀ ਦਰਬਾਰਾਂ ਜਾਂ ਕਵੀ ਦਰਬਾਰਾਂ ਤੱਕ ਸੀਮਿਤ ਨਹੀਂ ਹੈ। ਸਾਹਿਤ ਦੀ ਕਿਸੇ ਵੀ ਵਿਧਾ ਨੂੰ ਪਾਸੇ ਨਹੀਂ ਰੱਖਿਆ ਜਾਏਗਾ। ਆਉਣ ਵਾਲੇ ਦਿਨਾਂ 'ਚ ਨਾਵਲ ਤੇ ਪ੍ਰੋਗਰਾਮ ਕਰ ਰਹੇ ਹਾਂ। ਨਾਵਲ ਇੱਕ ਐਸੀ ਚੀਜ਼ ਹੈ, ਵਾਅਦਾਕਾਰੀ ਹੋਣ ਕਰਕੇ ਉਹਨੂੰ ਸਟੇਜ ਤੋਂ ਸੁਣਾਇਆ ਨਹੀਂ ਜਾ ਸਕਦਾ, ਉਹਦੀ ਪੇਸ਼ਕਾਰੀ ਨਹੀਂ ਕੀਤੀ ਜਾ ਸਕਦੀ। ਉਹਦੇ ਲਈ ਅਸੀਂ ਬਹੁਤ ਜਿਹੜੇ ਬਦਲ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਾਂ। ਇੱਕ ਬਦਲ ਸਾਡੇ ਕੋਲ ਇਹ ਹੈ ਕਿ ਅਸੀਂ ਚਾਰ ਨਾਵਲਕਾਰਾਂ ਨੂੰ ਜੁੜੀਏ, ਉਹਨਾਂ ਨੂੰ ਮੰਚ ਤੇ ਬਿਠਾਈਏ ਔਰ ਉਹਨਾਂ ਨੂੰ ਦੀ ਸਿਰਜਣ ਪ੍ਰਕਿਰਿਆ ਬਾਰੇ ਜਾਣੀਏ, ਉਹਨਾਂ ਦੇ ਥੱਲੋਂ ਸਵਾਲ ਲਈਏ, ਸਵਾਲਾਂ ਦੇ ਜਵਾਬ ਹੋਣ ਤੇ ਉਹਨਾਂ ਦੇ ਉੱਤੇ ਕ੍ਰਿਟਿਕ ਆਪਣੀ ਟਿੱਪਣੀ ਦੇਣ, ਆਲੋਚਕ ਆਪਣੀ ਟਿੱਪਣੀ ਦੇਣ, ਇਹ ਵੀ ਸਾਡੇ ਜੇਬ 'ਚ ਹੈ। ਜਿਹੜੀਆਂ ਹੋਰ ਵੀ ਜਿਵੇਂ ਕਵਿਛਰੀ, ਅਸੀਂ ਕਵਿਛਰੀ ਨੂੰ ਵੀ ਸ਼ਾਮਲ ਕਰਨਾ ਚਾਹੁੰਦੇ ਸੀ ਕਿ ਕਵੀ ਦਰਬਾਰ 'ਚ ਕਵਿਛਰੀਆਂ ਨੂੰ ਬੁਲਾ ਲਈਏ ਕਵਿਛਾਂ ਨੂੰ, ਔਰ ਸਾਨੂੰ ਲੱਗਿਆ ਕਿ ਥੋੜ੍ਹੀ ਜਿਹੀ ਗਰੁੱਪ ਹੋਣ ਕਰਕੇ ਥੋੜ੍ਹਾ ਜਿਹਾ ਅਲੱਗ ਵਿਧਾ ਰਹੇਗੀ, ਕਵਿਛਰੀ ਦੇ ਅਲੱਗ ਤੋਂ ਸਮਾਗਮ ਕੀਤੇ ਜਾਣਗੇ। ਔਰ ਇੱਕ ਜਿਹੜੀ ਕਵਿਤਾ ਹੈ, ਕਵਿਤਾ ਦੇ ਬਹੁਤ ਪਿਆਰਾ ਰੂਪ ਗੀਤ ਹੈ। ਗੀਤਕਾਰਾਂ ਦਾ ਆਰੰਭ ਹੋ ਰਿਹਾ ਕਿ ਜਿਹੜੀਆਂ ਸਾਹਿਤ ਸਭਾਵਾਂ ਵਾਲੇ ਨੇ ਜਾਂ ਸਾਹਿਤ ਦੀਆਂ ਵੱਡੀਆਂ ਸੰਸਥਾਵਾਂ ਵਾਲੇ ਲੋਕ ਨੇ, ਉਹ ਗੀਤ ਨੂੰ ਕਵਿਤਾ ਨਹੀਂ ਮੰਨਦੇ, ਉਹ ਸ਼ਾਇਰੀ ਨਹੀਂ ਮੰਨਦੇ। ਔਰ ਅਕੈਡਮੀ ਨੇ ਸੋਚਿਆ, ਇਸੇ ਮੰਚ ਤੋਂ ਪਹਿਲਾਂ, ਸਭ ਤੋਂ ਪਹਿਲਾਂ ਇਸ ਮੰਚ ਤੋਂ ਗੱਲ ਸ਼ੁਰੂ ਹੋਈ ਕਿ ਪੰਜਾਬੀ ਸਾਹਿਤ ਸਭਾ ਬਠਿੰਡਾ ਨੇ ਇਸੇ ਗੀਤ ਦਰਬਾਰ ਕਰਾਇਆ। ਮਨਪ੍ਰੀਤ ਮਾਣਾ ਵੀ ਇੱਥੇ ਬੈਠੇ ਨੇ, ਉਹ ਵੀ ਇਸ ਗੀਤ ਦਰਬਾਰ ਦੇ ਫਤਿਹ ਵਾਲੀਆਂ ਜੀ ਉੱਥੇ ਸ਼ਾਮਲ ਸੀ। ਔਰ ਗੀਤ ਦਰਬਾਰ ਕਰਾਇਆ, ਇੱਥੋਂ ਪਾਰ ਹੰਡਿਆਏ ਗੀਤ ਦਰਬਾਰ ਕਰਾਇਆ, ਉੱਥੋਂ ਸਾਹਿਤ ਸਭਾ ਨੇ। ਫਿਰ ਅਸੀਂ ਅੰਦਰ ਲੋਕ ਕੋਲੋਂ ਮਾਨਸਾ ਗੀਤ ਦਰਬਾਰ ਕਰਾਇਆ। ਜਦੋਂ ਇਹ ਗੱਲ ਡਾਕਟਰ ਸੋਹਣ ਉਹਨਾਂ ਦੇ ਕੰਨਾਂ 'ਚ ਗਈ ਕਿ ਉੱਥੇ ਮੁਕਮਾ ਮਾਨ ਬਣ ਕੇ ਗੁਰਗ੍ਰੰਥ ਦੇ ਸਮਾਗਮ 'ਚ ਮਾਨਸਾ ਆਏ, ਇਹਨਾਂ ਨੇ ਕਿਹਾ ਅਕਾਦਮੀ ਕੋਲੋਂ ਗੀਤਕਾਰਾਂ ਦਾ ਗੀਤ ਦਰਬਾਰ ਕਰਾਏ। ਇਹਨਾਂ ਨੇ ਚੰਡੀਗੜ੍ਹ ਬੰਦਨ ਬਾਰ ਵਿੱਚ ਪੰਜਾਬ ਦੇ ਨਾਮੀ ਵੱਡੇ ਗੀਤਕਾਰ ਬੁਲਾ ਕੇ ਉੱਥੇ ਗੀਤ ਦਰਬਾਰ ਕੀਤਾ ਤੇ ਹੁਣ ਵੀ ਇਹਨਾਂ ਕਵੀ ਦਰਬਾਰਾਂ ਦੇ ਵਿੱਚ ਅਸੀਂ ਗੀਤਕਾਰਾਂ ਨੂੰ ਸ਼ਾਮਲ ਕੀਤਾ। ਗੀਤਕਾਰ ਸ਼ਾਇਰ ਨੇ, ਵੱਡੇ ਸ਼ਾਇਰ ਨੇ, ਸਭ ਤੋਂ ਵੱਧ ਪਰਵਾਨੇ ਜਾਣ ਵਾਲੇ ਸ਼ਾਇਰ ਨੇ। ਇਸ ਕਰਕੇ ਚਾਰ ਪੰਜ ਗੀਤਕਾਰ ਅੱਜ ਦੇ ਗੀਤ ਦਰਬਾਰ ਦੀ ਮੰਤਰੀ ਕਰਵਾਉਣਾ ਲਈ ਗਏ ਸੀ ਬਰਨਾਲੇ ਵਾਲੇ ਕਵੀ ਦਰਬਾਰ ਦੇ ਵਿੱਚ, ਤੇ ਅੱਜ ਵੀ ਕਵੀ ਦਰਬਾਰ ਦੇ ਵਿੱਚ ਗੀਤਕਾਰ ਅਸੀਂ ਸ਼ਾਮਲ ਕੀਤੇ। ਕਵੀ ਦਰਬਾਰ ਦੇ ਦੌਰ ਦਾ ਆਗਾਜ਼ ਸ਼ਾਇਰ ਗੁਰਪ੍ਰੀਤ ਤੋਂ ਹੋਇਆ। ਉਹਨਾਂ ਨੇ ਆਪਣੀਆਂ ਕੁਝ ਨਜ਼ਮਾਂ ਨਾਲ ਹਾਜ਼ਰੀ ਲਗਵਾਈ। ਕਵਿਤਾ ਪੜ੍ਹਿਆ ਨਿਊਟਨ ਦਾ ਸਰੀਰ, ਸੇਮ ਨਿਊਟਨ ਦੇ ਸਿਰ ਤੇ ਬੱਚਿਆ ਜਾਂ ਉਹਦੇ ਸਾਹਮਣੇ ਧਰਤੀ ਦੇ ਸਿਰ ਤੇ, ਸੇਮ ਨਿਊਟਨ ਦੇ ਸਿਰ ਤੇ ਬੱਚਿਆ ਜਾਂ ਉਹਦੇ ਸਾਹਮਣੇ ਧਰਤੀ ਦੇ ਸਿਰ ਤੇ, ਪਰ ਇਹ ਗੱਲ ਪੱਕੀ ਉਦੋਂ ਨਿਊਟਨ ਦਾ ਸਿਰ ਹਿੱਲਿਆ ਧਰਤੀ ਨੂੰ ਚਾਹ ਚੜਿਆ, ਪਰ ਇਹ ਗੱਲ ਪੱਕੀ ਉਦੋਂ ਨਿਊਟਨ ਦਾ ਸਿਰ ਹਿੱਲਿਆ ਧਰਤੀ ਨੂੰ ਚਾਹ ਚੜਿਆ, ਇੱਕਦਮ ਨਿਊਟਨ ਬਣ ਗਿਆ, ਇੱਕਦਮ ਉਹ ਨਿਊਟਨ ਬਣ ਗਿਆ। ਆਪਣੇ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ ਕਦੇ ਉਹਨੇ, ਆਪਣੇ ਕੱਪੜਿਆਂ ਦੀ ਪਰਵਾਹ ਨਹੀਂ ਕੀਤੀ ਉਹਨੇ ਕਦੇ, ਕਦੇ ਸੋਚ ਕੇ ਨਹਾਇਆ ਨਹੀਂ ਉਹ ਜ਼ਿੰਦਗੀ 'ਚ। ਕਿਹੋ ਜਿਹਾ ਹੋਵੇਗਾ ਨਿਊਟਨ ਲਈ ਸੇਬ ਦਾ ਸਵਾਦ, ਕਿਹੋ ਜਿਹਾ ਹੋਵੇਗਾ ਨਿਊਟਨ ਲਈ ਸੇਬ ਦਾ ਸਵਾਦ, ਧਰਤੀ ਪੁੱਛਦੀ ਰਹੇਗੀ ਰਹਿੰਦੀ ਦੁਨੀਆਂ ਤੱਕ, ਧਰਤੀ ਪੁੱਛਦੀ ਰਹੇਗੀ ਰਹਿੰਦੀ ਦੁਨੀਆਂ ਤੱਕ, ਹਰ ਬੱਚੇ ਨੂੰ ਇਹ ਸਵਾਲ ਜਦੋਂ ਜਦੋਂ ਚੱਖੇਗਾ ਉਹ ਸੇਬ ਨੂੰ ਪਹਿਲੀ ਵਾਰ, ਜਦੋਂ ਜਦੋਂ ਚੱਖੇਗਾ ਉਹ ਸੇਬ ਨੂੰ ਪਹਿਲੀ ਵਾਰ।
शायर बूटा सिंह चौहान ने अपनी गजल तुरन्नम च कह के खूब दाद खटी। ਉਚਾਈ ਤੋਂ ਦਿਸਣ ਲਈ ਪੈਰ ਵੀ ਨਾ ਪੁੱਟਿਆ ਹੁੰਦਾ ਤੇਰੀ ਅੱਖ ਦਾ ਜੇ ਬਣ ਕੇ ਖਾਬ ਨਾ ਮੈਂ ਟੁੱਟਿਆ ਹੁੰਦਾ ਉਚਾਈ ਤੋਂ ਦਿਸਣ ਲਈ ਪੈਰ ਨਹੀਂ ਰਹਿੰਦੀ ਕਿਸੇ ਦੀ ਰਾਖਵੀਂ ਥਾਂ ਸ਼ਾਖ ਦੇ ਉੱਤੇ ਨਹੀਂ ਰਹਿੰਦੀ ਕਿਸੇ ਦੀ ਰਾਖਵੀਂ ਥਾਂ ਸ਼ਾਖ ਦੇ ਉੱਤੇ ਕਰੂੰ ਬਲ ਪੁੱਟਿਆਉਂਦੀ ਜੇ ਤੂੰ ਪਤਾ ਟੁੱਟਿਆ ਕਰੂੰ ਬਲ ਪੁੱਟਿਆਉਂਦੀ ਜੇ ਤੂੰ ਪਤਾ ਟੁੱਟਿਆ ਤੇਰੀ ਅੱਖ ਦਾ ਜੇ ਬਣ ਕੇ ਖਾਵਣਾ ਮੈਂ ਟੁੱਟਿਆ ਬੜਾ ਭਰਿਆ ਉਹ ਜਦ ਛਲਕਿਆ ਨਾ ਫਿਰ ਪਤਾ ਲੱਗਿਆ ਬੜਾ ਭਰਿਆ ਉਹ ਜਦ ਛਲਕਿਆ ਨਾ ਫਿਰ ਪਤਾ ਲੱਗਿਆ ਸਬੂਤਾ ਦਿਸ ਰਿਹਾ ਬਰਤਨ ਵੀ ਵਿੱਚੋਂ ਫੁੱਟਿਆ ਸਬੂਤਾ ਦਿਸ ਰਿਹਾ ਬਰਤਨ ਵੀ ਵਿੱਚੋਂ ਫੁੱਟਿਆ ਹੁੰਦਾ ਆਸ਼ੇਰ ਤੇ ਹੋਰ ਧਿਆਨ ਚਾਹੋ ਜਿਗਰ ਤੇ ਰੱਖ ਕੇ ਪੱਥਰ ਉਹ ਮੇਲਾ ਵੇਖਣਾ ਪੈਂਦਾ ਜਿਗਰ ਤੇ ਰੱਖ ਕੇ ਪੱਥਰ ਉਹ ਮੇਲਾ ਵੇਖਣਾ ਪੈਂਦਾ ਕਦੇ ਜੋ ਆਪ ਮੇਲਾ ਆਦਮੀ ਨੇ ਲੁੱਟਿਆ ਹੁੰਦਾ ਜਿਗਰ ਤੇ ਰੱਖ ਕੇ ਪੱਥਰ ਉਹ ਮੇਲਾ ਵੇਖਣਾ ਪੈਂਦਾ ਕਦੇ ਜੋ ਆਪ ਮੇਲਾ ਆਦਮੀ ਨੇ ਲੁੱਟਿਆ ਹੁੰਦਾ ਅੱਜ ਤੁਸੀਂ ਦੇਖਣਾ ਚਾਹੁੰਦਾ ਨਹੀਂ ਮੋਹਤਾਜ ਹੁੰਦਾ ਕੂਦੇ ਵਾਂਗੂ ਲਾਉਣ ਵਾਲੇ ਦਾ ਨਹੀਂ ਮੋਹਤਾਜ ਹੁੰਦਾ ਕੂਦੇ ਵਾਂਗੂ ਲਾਉਣ ਵਾਲੇ ਮੈਦਾਨ ਵਿੱਚ ਚਸ਼ਮਾ ਜੋ ਆਪੇ ਫੁੱਟਿਆ ਹੁੰਦਾ ਉਚਾਈ ਤੋਂ ਦਿਸਣ ਲਈ ਪੈਰ ਵੀ ਨਾ ਫੁੱਟਿਆ ਹੁੰਦਾ ਤੇਰੀ ਅੱਖ ਲਾਜ ਬਣ ਕੇ ਖਾਬ ਨਾ ਮੈਂ ਟੁੱਟਿਆ ਖੂਬ ਸੂਰਤ ਮੋੜ ਆਇਆ ਖੂਬ ਸੂਰਤ ਮੋੜ ਆਇਆ ਜ਼ਿੰਦਗੀ ਵਿੱਚ ਹੋਰ ਇੱਕ ਖੂਬ ਸੂਰਤ
ਮੋੜ ਆਇਆ ਜ਼ਿੰਦਗੀ ਵਿੱਚ ਹੋਰ ਇੱਕ ਚੀਰ ਕੇ ਤੇਰਾ ਮੇਰੇ ਵੱਲ ਆ ਰਹੀ ਲਿਸ਼ਕੋਰ ਇੱਕ ਖੂਬਸੂਰਤ ਮੋੜ ਆਇਆ ਅਸ਼ੇਰ ਦੇਖੋ ਮੇਰੀ ਥਾਵੇਂ ਹੋਰ ਕੋਈ ਛਣਕਦਾ ਹੈ ਜਾਂ ਨਹੀਂ ਛਣਕਦਾ ਹੈ ਜਾਂ ਨਹੀਂ ਮੇਰੀ ਥਾਵੇਂ ਹੋਰ ਕੋਈ ਛਣਕਦਾ ਹੈ ਜਾਂ ਨਹੀਂ ਛਣਕਦਾ ਹੈ ਜਾਂ ਨਹੀਂ ਪੁੱਛਦਾ ਝਾਂਜ ਤੇਰੀ ਦਾ ਟੁੱਟਿਆ ਮੈਂ ਬੋਰ ਇੱਕ ਖੂਬਸੂਰਤ ਮੋੜ ਆਇਆ ਨਾਲ ਦੀ ਪੈਣੀ ਦਿਖੀ ਹਿੰਮਤ ਸੀ ਨਾਲ ਦੀ ਪੈਣੀ ਦਿਖੀ ਹਿੰਮਤ ਸੀ ਪਾਣੀ ਜੀਰ ਦੀ ਕੀ ਹਿੰਮਤ ਸੀ ਪਾਣੀ ਜੀਰ ਦੀ ਖੇਤ ਦੀ ਬਟ ਜੇ ਨਾ ਹੁੰਦੀ ਅੰਦਰੋਂ ਕਮਜ਼ੋਰ ਇੱਕ ਚੀਰ ਕੇ ਮੇਰਾ ਮੇਰੇ ਵੱਲ ਆ ਰਹੀ ਲਿਸ਼ਕੋਰ ਇੱਕ ਖੂਬਸੂਰਤ ਮੋੜ ਆਇਆ ਬਾਤੇ ਕਾਤੇ ਜ਼ਿੰਦਗੀ ਦਾ ਅੰਗ ਨੇ ਤੇ ਰਹਿਣਗੇ ਬਾਤੇ ਕਾਤੇ ਜ਼ਿੰਦਗੀ ਦਾ ਅੰਗ ਨੇ ਤੇ ਰਹਿਣਗੇ ਅੰਗ ਨੇ ਤੇ ਰਹਿਣਗੇ ਕਰ ਯਤਨ ਤੇਰੀ ਰਹੀ ਹਰ ਦੌਰ ਦੇ ਵਿੱਚ ਤੋਰ ਇੱਕ ਕਰ ਯਤਨ ਤੇਰੀ ਰਹੀ ਹਰ ਦੌਰ ਦੇ ਵਿੱਚ ਤੋਰ ਇੱਕ ਖੂਬਸੂਰਤ ਮੋੜ ਆਇਆ ਜ਼ਿੰਦਗੀ ਵਿੱਚ ਹੋਰ ਇੱਕ ਹੋਰ ਇੱਕ ਕਾਲੀਆਂ ਗਜ਼ਲਾਂ ਏ ਕਾਲੇ ਰਾਗ ਏ ਕਾਲੇ ਨਿਤਾ ਕਾਲੀਆਂ ਗਜ਼ਲਾਂ ਏ ਕਾਲੇ ਰਾਗ ਏ ਕਾਲੇ ਨਿਤਾ ਰਾਗ ਏ ਕਾਲੇ ਨਿਤਾ ਮੇਰੀ ਰੂਹ ਚੋਂ ਬਿਲਕਦਾ ਹੈ ਖੰਭਹੀਣਾ ਮੋਰ ਇੱਕ ਮੇਰੀ ਰੂਹ ਚੋਂ ਬਿਲਕਦਾ ਹੈ ਖੰਭਹੀਣਾ ਮੋਰ ਇੱਕ ਚੀਰ ਕੇ ਨੇਰਾ ਮੇਰੇ ਵੱਲ ਆ ਰਹੀ ਲਿਸ਼ਕੋਰ ਇੱਕ ਖੂਬਸੂਰਤ ਮੋੜ ਆਇਆ ਉੱਗੇ ਕਵੀ ਸੀ ਮਾਰਕੰਡਾ ਨੇ ਆਪਣੀ ਭਾਵਪੂਰਤ ਨਜ਼ਮ ਕਹੀ ਸੀਸ ਵੀ ਹੋਣੇ ਮਨੁੱਖ ਦੀ ਅਰਜੋਈ ਇਹ ਕਵਿਤਾ ਗੁਰੂ ਤੇਗ ਬਹਾਦਰ ਤੇ ਕਸ਼ਮੀਰੀ ਪੰਡਤਾਂ ਦੇ ਨਾਲ ਪ੍ਰਭਾਵਿਤ ਹੈ ਮੈਂ ਚੌਕ ਸ਼ਹੀਦਾਂ ਲੱਭਦਾ ਹਾਂ ਪਰ ਮੈਨੂੰ ਚਾਂਦਨੀ ਚੌਕ ਨਹੀਂ ਲੱਭਦਾ ਮੈਂ ਚੌਕ ਸ਼ਹੀਦਾਂ ਲੱਭਦਾ ਹਾਂ ਪਰ ਮੈਨੂੰ ਚਾਂਦਨੀ ਚੌਕ ਨਹੀਂ ਲੱਭਦਾ ਜਿੱਥੇ ਮੈਂ ਸ਼ਾਹ ਨਹੀਂ ਭਰ ਸਕਾਂ ਤਲੀ ਤੇ ਸੀਸ ਧਰ ਸਕਾਂ ਪਰ ਮੈਂ ਤਾਂ ਦੱਸਣ ਆਇਆ ਹਾਂ ਕਿ ਮੇਰੇ ਜਿਸਮ ਤੇ ਸੀਸ ਹੀ ਨਹੀਂ ਮੇਰਾ ਉਹ ਸੀਸ ਮੇਰੇ ਪੁਰਖਿਆਂ ਕਿਸੇ ਦੇ ਪੈਰੀ ਧਰ ਦਿੱਤਾ ਤੇ ਮੈਨੂੰ ਸਿਰ ਵੀ ਗੁਣਾ ਕਰ ਦਿੱਤਾ ਮੇਰਾ ਉਹ ਸੀਸ ਮੇਰੇ ਪੁਰਖਿਆਂ ਕਿਸੇ ਦੇ ਪੈਰੀ ਧਰ ਦਿੱਤਾ ਤੇ ਮੈਨੂੰ ਸਿਰ ਵੀ ਹੂਣਾ ਕਰ ਦਿੱਤਾ ਜਦੋਂ ਮੈਂ ਜਨਮਿਆ ਤਾਂ ਮੇਰੇ ਕੰਨੀ ਪਾਇਆ ਗਿਆ ਜਦੋਂ ਮੈਂ ਜਨਮਿਆ ਤਾਂ ਮੇਰੇ ਕੰਨੀ ਪਾਇਆ ਗਿਆ ਕਿ ਆਪਣੇ ਵੱਡੇ ਵਡੇਰਿਆਂ ਸਿਰ ਉਹਨਾਂ ਦਾ ਲੱਖਾਂ ਗੁਣ ਕਰ ਰਿਹਾ ਹੈ ਜਿਸ ਪ੍ਰਤੀ ਸਾਡਾ ਵੀ ਕੋਈ ਫਰਜ਼ ਹੈ ਪਰ ਮੈਂ ਉਸ ਮਹਾਂਪੁਰਖ ਨੂੰ ਤਲਾਸ਼ਦਾ ਹਾਂ
ਜਿਸ ਤੇ ਐਡਾ ਵੱਡਾ ਜ਼ੁਲਮ ਐਨ ਚੌਕ ਦੇ ਵਿਚਕਾਰ ਹੋਇਆ ਸੀ, ਲਹੂ ਦੇ ਗਾੜੇ ਤੁਪਕਿਆਂ ਨਾਲ ਲਿਬੜਿਆ ਵਕਤ ਜਾਣੋ ਜਾਰ ਰੋਇਆ ਸੀ, ਤੇ ਮੈਂ ਵੇਖਿਆ ਕਿ ਮੇਰੇ ਪੁਰਖੇ ਜਿਨ੍ਹਾਂ ਦੇ ਜਰਦ ਚਿਹਰੇ ਸਨ, ਜਰਜਰੀ ਪੌਣਾਂ ਦੇ ਧੁਆਂਕੇ ਸਨ ਅਤੇ ਆਪਣੇ ਲੱਥੇ ਸਿਰਾਂ ਨੂੰ ਮੁੜ ਹਾਸਲ ਕਰਨ ਦੇ ਪਿਆਸੇ ਸਨ ਤੇ ਆਪਣੇ ਲੱਥੇ ਸਿਰਾਂ ਨੂੰ ਮੁੜ ਹਾਸਲ ਕਰਨ ਦੇ ਪਿਆਸੇ ਸਨ ਤੇ ਮੈਂ ਵੇਖਿਆ ਕਿ ਇੱਕ ਤਲਵਾਰ ਮਿਆਨੋ ਬਾਹਰ ਨੱਚਦੀ ਹੈ ਤੇ ਮੈਂ ਵੇਖਿਆ ਕਿ ਇੱਕ ਤਲਵਾਰ ਮਿਆਨੋ ਬਾਹਰ ਨੱਚਦੀ ਹੈ, ਮੋਏ ਪਲਾਂ ਦੀ ਖਾਮੋਸ਼ੀ ਅਤੇ ਮਾਸੂਮੀਅਤ ਨੂੰ ਦਰੜਦੀ ਹੋਈ ਇੱਕ ਖਚਰੀ ਹਾਸੀ ਨੱਚਦੀ ਹੈ ਤੇ ਮੈਂ ਵੇਖਿਆ ਕਿ ਸਿਰ ਦੇ ਲਹੂ ਤੇ ਕੂਹੀਆਂ ਉਂਗਲਾਂ ਨੂੰ ਕਿਸੇ ਨੇ ਆਮ ਫੜਿਆ ਹੈ, ਇੱਕ ਸ਼ਕਤੀਸ਼ਾਲੀ ਹੱਥ ਜ਼ਖਮੀ ਜਿਸਮ ਤੇ ਚਾਦਰ ਵਾਂਗ ਤਣਿਆ ਹੈ। ਪਰ ਅੱਜ ਮੈਂ ਦੱਸਣ ਆਇਆ ਹਾਂ ਕਿ ਵੇਖ ਭਰਾਵਾ ਮੈਂ ਵੀ ਤਾਂ ਜਿਉਂ ਰਿਹਾ ਹਾਂ ਤੇਰੇ ਪੁਰਖਿਆਂ ਮੇਰੇ ਤੇ ਜੋ ਚਾਦਰ ਤਾਣੀ ਸੀ ਉਸਦੇ ਬਗੈਰ ਹੀ ਆਪਣੇ ਫਟੇ ਨਸੀਬਾਂ ਨੂੰ ਟਾਕੀ ਲਾ ਚੁਣ ਰਿਹਾ ਤੇਰੇ ਪੁਰਖਿਆਂ ਮੇਰੇ ਤੇ ਜੋ ਚਾਦਰ ਤਾਣੀ ਸੀ ਉਸਦੇ ਬਗੈਰ ਹੀ ਆਪਣੇ ਫਟੇ ਨਸੀਬਾਂ ਨੂੰ ਟਾਕੀ ਲਾ ਸਿਉਂ ਰਿਹਾ ਹਾਂ। ਹੁਣ ਮੈਂ ਜਿੱਥੇ ਜਾਵਾਂਗਾ ਆਪਣੇ ਦੁੱਖਾਂ ਤਸੀਹਾਂ ਦਾ ਜ਼ਿਕਰ ਕਰਾਂਗਾ ਪਰ ਭਰਾਵਾ ਇਸ ਸਿਰ ਵੀ ਹੋਣੇ ਜਿਸਮ ਦਾ ਕੀ ਕਰਾਂਗਾ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਧਰਤੀ ਦਾ ਪੜਪਾੜ ਕੇ ਜੋ ਇੱਕ ਆਵਾਜ਼ ਆਉਂਦੀ ਹੈ ਉਸਨੂੰ ਸੁਣ ਲਿਆ ਜਾਵੇ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਧਰਤੀ ਦਾ ਕੜਪਾੜ ਕੇ ਜੋ ਇੱਕ ਆਵਾਜ਼ ਆਉਂਦੀ ਹੈ ਉਸਨੂੰ ਸੁਣ ਲਿਆ ਜਾਵੇ ਤੇ ਜੋ ਤਰਲੇ ਪਾਉਂਦੀ ਹੈ ਉਸਨੂੰ ਮੱਥੇ ਤੇ ਖੁੱਲ ਲਿਆ ਜਾਵੇ। ਮੇਰੇ ਲੋਕੋ ਚਾਂਦਨੀ ਚੌਕ ਡੁੱਲੇ ਖੂਨ ਵੱਲ ਵੇਖੋ ਇਹ ਖੂਨ ਕੋਈ ਪੂੰਝ ਨਹੀਂ ਸਕਦਾ, ਲਹੂ ਦੇ ਧੱਬਿਆਂ ਦਾ ਲਾਲ ਚਾਨਣ ਕੋਈ ਮੂੰਝ ਨਹੀਂ ਸਕਦਾ ਪਰ ਮੈਂ ਦੱਸਣਾ ਚਾਹੁੰਦਾ ਹਾਂ ਕਿ ਵੇਖ ਭਰਾਵਾ ਹੁਣ ਮੈਂ ਕਿਤੇ ਵੀ ਨਹੀਂ ਜਾਵਾਂਗਾ ਬੇਸ਼ੱਕ ਮੈਨੂੰ ਬੱਸ ਚੋਂ ਧੂਕੇ ਮਾਰਤਾ ਜਾਵੇ ਜਾਂ ਘਰ ਚ ਜਬਰੀ ਕੁਸੇ ਸਖਤਿਆਂ ਦੀਆਂ ਅਸਾਲਟਾਂ ਸੰਗ ਤੁੰਬਾ ਤੁੰਬਾ ਕਰਕੇ ਸਮੇਤ ਪਰਿਵਾਰ ਖਿਲਾਰਤਾ ਜਾਵੇ ਚੁੱਪ ਦੇ ਸਨਾਟੇ ਚ ਡਰੇ ਰਹਿਮ ਦੁਰਿੰਦੇ ਲੋਕਾਂ ਨੂੰ ਮੈਂ ਕੁਝ ਨਹੀਂ ਕਹਿਣਾ ਜਿਨ੍ਹਾਂ ਇਸ ਵਰਤਾਰੇ ਨੂੰ ਤੱਕ ਕੇ ਨਜ਼ਰ ਅੰਦਾਜ਼ ਕਰ ਦਿੱਤਾ ਮੈਂ ਤਾਂ ਉਹਨਾਂ ਜਿਉਂਦੇ ਲੋਕਾਂ ਨੂੰ ਮੁਖਾਤਬ ਹਾਂ ਕਿ ਹੁਣ ਇਹ ਸਿਰ ਹੋਣਾ ਬੰਦਾ ਕਿਤੇ ਵੀ ਨਹੀਂ ਜਾਵੇਗਾ ਆਪਣੇ ਹੋਣੀਆਂ ਭਰੇ ਦਿਲਾਂ ਦਾ ਦਰਦ ਉਹਨਾਂ ਸੂਰਮਿਆਂ ਨੂੰ ਸੁਣਾਵੇਗਾ ਤੇ ਇੰਝ ਆਪਣੇ ਪੁਰਖਿਆਂ ਦਾ ਕਰਜ਼ ਲਾਵੇਗਾ ਗਜ਼ਲ ਗੋ ਬਲਜੀਤ ਪਾਲ ਨੇ ਆਪਣੀ ਗਜ਼ਲ ਸਾਂਝੀ ਕੀਤੀ। ਇੱਕ ਹੀ ਗਜ਼ਲ ਕਹਾਂਗਾ, ਉਸ ਤੋਂ ਪਹਿਲਾਂ ਕਿਹਾ ਕਿ ਜੇਕਰ ਜ਼ੁਲਫ ਦਾ ਗਜ਼ਲਾਂ ਅੰਦਰ ਮੈਂ ਨਹੀਂ ਕਰਨਾ ਸੀ ਲੇਕਿਨ ਮੇਰੇ ਹਿੱਸੇ ਖਾਬ ਸੁਨਹਿਰੀ ਨਾ ਆਏ, ਮੇਰੇ ਖਾਬਾਂ ਦੇ ਵਿੱਚ ਆਈਆਂ ਜ਼ਖਮੀ ਘੁੱਗੀਆਂ ਹੈ ਕਦੀ ਬੁਲਬਲਾ ਕੋਇਲਾ ਮੋਰ ਕਲਹਿਰੀ ਨਾ ਆਏ। ਸੋ ਇੱਕ ਗਜ਼ਲ ਹੀ ਪੇਸ਼ ਕਰੂੰਗਾ। ਗਜ਼ਲ ਦਾ ਮਤਲਬ ਹੈ ਜ਼ਿੰਦਗੀ ਦਾ ਇਹ ਸਫ਼ਰ ਇਸੇ ਤਰ੍ਹਾਂ ਚੱਲਦਾ ਰਹੇ, ਹਾਦਸਾ ਮੇਰੇ ਖੁਦਾ ਹਰ ਮੋੜ ਤੇ ਟਲਦਾ ਰਹੇ। ਸ਼ੇਰ ਕੇ ਗੂੰਜਨ ਸਦਾ ਕਿਲਕਾਰੀਆਂ
ਤੇ ਬਾਲਪਨ ਦਾ ਇਹ ਸਮਾਂ ਗੁੰਜਨ ਸਦਾ ਕਿਲਕਾਰੀਆਂ ਤੇ ਬਾਲਪਨ ਦਾ ਇਹ ਸਮਾਂ ਬੱਚਿਆਂ ਦੀ ਮੋਹ ਭਰੀ ਮੁਸਕਾਨ ਵਿੱਚ ਪਲਦਾ ਰਹੇ ਰਹਿਣ ਬੱਦਲ ਥਾਰ ਤੇ ਧਰਤੀ ਦੀ ਔੜੀ ਇੱਕ ਨੂੰ ਰਹਿਣ ਬੱਦਲ ਥਾਰ ਤੇ ਧਰਤੀ ਦੀ ਔੜੀ ਇੱਕ ਨੂੰ ਸਾਗਰਾਂ ਵਿੱਚ ਨੀਰ ਨਦੀਆਂ ਦਾ ਸਦਾ ਰਲਦਾ ਰਹੇ ਅਗਲਾ ਸ਼ੇਰ ਕਿ ਨੇਰਿਆਂ ਤੋਂ ਮੁਕਤ ਹੋਵੇ ਕੋਨਾ ਕੋਨਾ ਸ਼ਹਿਰ ਦਾ ਨੇਰਿਆਂ ਤੋਂ ਮੁਕਤ ਹੋਵੇ ਕੋਨਾ ਕੋਨਾ ਸ਼ਹਿਰ ਦਾ ਮਮਤੀਆਂ ਤੇ ਰੋਸ਼ਨੀ ਦਾ ਦੀਪ ਵੀ ਬਲਦਾ ਰਹੇ ਕਿ ਅੰਨਦਾਤਾ ਨੂੰ ਵੀ ਹੋਵੇ ਫਖਰ ਆਪਣੇ ਖੇਤ ਅੰਨਦਾਤਾ ਨੂੰ ਵੀ ਹੋਵੇ ਫਖਰ ਆਪਣੇ ਖੇਤ ਦਾ ਮਿਹਨਤਾਂ ਦੇ ਬੂਟਿਆਂ ਤੇ ਬੂਲ ਵੀ ਫਲਦਾ ਰਹੇ ਅਗਲਾ ਸ਼ੇਰ ਕਿ ਜੱਗ ਉੱਤੇ ਵੰਡ ਕੇ ਨਿਆਮਤਾਂ ਦੇ ਨੂਰ ਨੂੰ ਜੱਗ ਉੱਤੇ ਵੰਡ ਕੇ ਨਿਆਮਤਾਂ ਦੇ ਨੂਰ ਨੂੰ ਰੋਜ਼ ਵਾਂਗੂ ਸੁਰਖ ਸੂਰਜ ਸ਼ਾਮ ਨੂੰ ਢਲਦਾ ਰਹੇ ਸੋ ਮਤਾ ਹੈ ਕਿ ਕੁੱਲੀਆਂ ਦੇ ਵਿੱਚ ਹੋਵੇ ਰਹਿਮਤਾਂ ਦਾ ਚਾਨਣਾ ਕੁੱਲੀਆਂ ਦੇ ਵਿੱਚ ਹੋਵੇ ਰਹਿਮਤਾਂ ਦਾ ਚਾਨਣਾ ਇਸ ਬਸਤੀ ਕੋਈ ਕਾਮਾ ਹੱਥ ਨਾ ਮਲਦਾ ਰਹੇ ਜ਼ਿੰਦਗੀ ਦਾ ਇਹ ਸਫ਼ਰ ਇਸੇ ਤਰ੍ਹਾਂ ਚੱਲਦਾ ਰਹੇ ਹਾਦਸਾ ਮੇਰੇ ਗੁਜ਼ਾਰ ਮੋੜ ਤੇ ਚੱਲਦਾ ਗੀਤਕਾਰ ਗੁਰਚੇਤ ਫਤਿਹ ਵਾਲਿਆ ਨੇ ਗੀਤ ਨਾਲ ਮਹਿਫਲ ਵਿੱਚ ਰੰਗਤ ਭਰੀ ਗੁਜ਼ਾਰੀਆਂ ਨਹੀਂ ਜਾਣਦੀਆਂ ਤੇਰੇ ਬਿਨਾਂ ਤੂੰ ਆ ਜਾ ਦਿਲ ਜਾਣੀਆਂ ਤੂੰ ਆ ਜਾ ਦਿਲ ਜਾਣੀਆਂ ਸਮੇਂ ਦੀ ਬੰਦਿਸ਼ ਕਰਕੇ ਮਨ ਕਿਹੜਾ ਜੇ ਕਦੋਂਤਰੇ ਕੱਟ ਲਿਆ ਵਿਹੜੇ ਵਾਲੀ ਦੇਖੀ ਉੱਤੇ ਪੰਛੀਆਂ ਦਾ ਜੋੜਾ ਕਰੇ ਚੁੰਝਾਂ ਵਿੱਚ ਚੁੰਝਾਂ ਪਾਸ ਲੋਲਵੇ ਚੁੰਝਾਂ ਵਿੱਚ ਚੁੰਝਾਂ ਪਾਸ ਲੋਲਵੇ ਉਹਨਾਂ ਵੱਲ ਵੇਖ ਵੇਖ ਮੈਨੂੰ ਤੇਰੀ ਯਾਦ ਆਵੇ ਚਿੱਤ ਜਾਂਦਾ ਚੰਦਰਾਏ ਡੋਲਵੇ ਚਿੱਤ ਜਾਂਦਾ ਚੰਦਰਾਏ ਡੋਲਵੇ ਜੇ ਕੋਲ ਹੋਵੇ ਢੋਲਣਾ ਵੇ ਮੈਂ ਦੁੱਖ ਸੁੱਖ ਫੋਲਣਾ ਵੇ ਜੇ ਕੋਲ ਹੋਵੇ ਢੋਲਣਾ ਵੇ ਮੈਂ ਦੁੱਖ ਸੁੱਖ ਫੋਲਣਾ ਵੇ ਇਹਦਮ ਤੱਪੇ ਬਣਾਉਣੀਆਂ ਤੂੰ ਆ ਜਾ ਦਿਲ ਜਾਣੀਆਂ ਉਹਦੇ ਮਨ ਚ ਹੋਰ ਵੀ ਕਈ ਤਰ੍ਹਾਂ ਦੇ ਸ਼ੱਕ ਪੈਦਾ ਹੁੰਦੇ ਆ ਅੰਬਰ ਚ ਰਾਤੀ ਕਾਲੀ ਬੱਦਲੀ ਨੂੰ ਛੱਡ ਚੰਦ ਗੋਰੀ ਬੱਦਲੀ ਦੇ ਨੇੜੇ ਹੋ ਲਿਆ ਗੋਰੀ ਬੱਦਲੀ ਦੇ ਨੇੜੇ ਹੋ ਲਿਆ ਮਸਤੀ ਸੁਣ ਕੇ ਅੰਬਰ ਚ ਰਾਤੀ ਕਾਲੀ ਬੱਦਲੀ ਦੇ ਅੰਬਰ ਚ ਰਾਤੀ ਕਾਲੀ ਬੱਦਲੀ ਨੂੰ ਛੱਡ ਚੰਦ ਗੋਰੀ ਬੱਦਲੀ ਦੇ ਨੇੜੇ ਹੋ ਲਿਆ ਗੋਰੀ ਬੱਦਲੀ ਦੇ ਨੇੜੇ ਹੋ ਲਿਆ ਪਤਾ ਨੀ ਕਿ ਟੁਕੜੀ ਨੇ ਜਾਦੂ ਪਾਇਆ ਚੰਦ ਉੱਤੇ ਬੁੱਕਲੀ ਚ ਉਸਨੂੰ ਲੁਕੋ ਲਿਆ ਬੁੱਕਲੀ ਚ ਉਸਨੂੰ ਲੁਕੋ ਲਿਆ ਤਾਂ ਤੈਨੂੰ ਕੋਈ ਮੋਲ ਵੇਵੇ ਮੈਥੋਂ ਨਾ ਕੋਈ ਖੋਲ ਵੇਵੇ ਨਾ ਤੈਨੂੰ ਕੋਈ ਮੋਲ ਵੇਵੇ ਮੈਥੋਂ ਨਾ ਕੋਈ ਖੋਲ ਵੇਵੇ ਸੋਚਾਂ ਚ ਗੋਤੇ ਖਾਨੀਆਂ ਤੂੰ ਆ ਜਾ ਦਿਲ ਜਾਣੀਆਂ ਇੰਜ ਦੂਰ ਦੂਰ ਰਹਿ ਕੇ ਜਿੰਦ ਚ ਸੁਕਾਉਣੀ ਸਾਡੀ ਸਾਨੂੰ ਤੇਰੇ ਪੈਸੇ ਦਾ ਕੀ ਭਾਵੇ ਸਾਨੂੰ ਤੇਰੇ ਪੌਂਡਾਂ ਦਾ ਕੀ ਭਾਵੇ ਜੰਗਲ ਵਿੱਚ ਕੱਲੇ ਕਹਿਰੇ ਰੁੱਖ ਵਾਂਗੂ ਡੋਲ ਡੋਲ ਅਸੀਂ ਲੈਣੀ ਉਮਰਾ ਵਿਹਾਵੇ ਅਸੀਂ ਲੈਣੀ ਉਮਰ ਲੰਘਾਵੇ ਤੂੰ ਸੁਣ ਗੁਰਚੇਤ ਵੈਰੀਆ ਰਲ
इनकलाबी सुर वाले गीतकार जुगराज तौला ने कमियां दी गल करदा अपना गीत पेश कीता। मैं गड्डियां
ਕਿਹੜੀਆਂ ਫੁੱਲ ਕਿਹੜੀਆਂ ਕਿਉਂ ਜ਼ਹਿਰਦਾਰ ਨੀ ਮੱਚੀ ਨੌਜਵਾਨ ਸ਼ਾਇਰ ਦੀਪਕ ਧਲੇਵਾਂ ਨੇ ਕੁਝ ਆਸ਼ਾਰ ਨਾਲ ਹਾਜ਼ਰੀ ਲਗਵਾਈ। ਕੁਆਰੀ ਚੀਨ ਮਰ ਚੱਲੀ ਜਾਂ ਚੰਨ ਦੀ ਚਾਨਣੀ ਉੱਤੇ, ਕੁਆਰੀ ਚੀਨ ਮਰ ਚੱਲੀ ਜਾਂ ਚੰਨ ਦੀ ਚਾਨਣੀ ਉੱਤੇ, ਤਾਂ ਸੂਰਜ ਸੁਲ ਗਿਆ ਤਪਿਆ ਉਹਦੀ ਇਸ ਸਹਿਮਤੀ ਉੱਤੇ, ਤਾਂ ਸੂਰਜ ਸੁਲ ਗਿਆ ਤਪਿਆ ਉਹਦੀ ਇਸ ਸਹਿਮਤੀ ਉੱਤੇ। ਬੜਾ ਕੁਝ ਮਹਿਕ ਵਰਗਾ ਬੀਜਿਆ ਰਾਧਾ ਨੇ ਕੁਮਰੇ, ਬੜਾ ਕੁਝ ਮਹਿਕ ਵਰਗਾ ਬੀਜਿਆ ਰਾਧਾ ਨੇ ਕੁਮਰੇ, ਜਦੋਂ ਫੁੱਲਾਂ ਦੇ ਉੱਤੇ ਆਈ ਤਾਂ ਆਈ ਰੁਕਮਣੀ ਉੱਤੇ। ਬੜਾ ਕੁਝ ਮਹਿਕ ਵਰਗਾ ਬੀਜਿਆ ਰਾਧਾ ਨੇ ਕੁਮਰੇ, ਜਦੋਂ ਫੁੱਲਾਂ ਦੇ ਉੱਤੇ ਆਈ ਤਾਂ ਆਈ ਰੁਕਮਣੀ ਉੱਤੇ। ਅਗਲਾ ਪ੍ਰਸੰਗ ਵੀ ਮਹਾਭਾਰਤ ਦੇ ਵਿੱਚ ਹੀ ਹੈ। ਜਦੋਂ ਇੰਦਰ ਬਦਲ ਕੇ ਭੇਸ ਕੁੰਡਲ ਕਵਚ ਲੈਂਦਾ ਹੈ, ਜਦੋਂ ਇੰਦਰ ਬਦਲ ਕੇ ਭੇਸ ਕੁੰਡਲ ਕਵਚ ਲੈਂਦਾ ਹੈ, ਬੜਾ ਹੀ ਤਰਸ ਆਇਆ ਪਾਂਡਵਾਂ ਦੀ ਬੇਵਸੀ ਉੱਤੇ, ਬੜਾ ਹੀ ਤਰਸ ਆਇਆ ਪਾਂਡਵਾਂ ਦੀ ਬੇਵਸੀ ਉੱਤੇ। ਆਖਰੀ ਸ਼ੇਰ ਹੈ, ਜਦੋਂ ਉਹ ਰਾਤ ਭਰ ਰੋਈ ਤਦੋਂ ਡਿੱਠਾ ਕਿਸੇ ਵੀ ਨਾ, ਜਦੋਂ ਉਹ ਰਾਤ ਭਰ ਰੋਈ ਤਦੋਂ ਡਿੱਠਾ ਕਿਸੇ ਵੀ ਨਾ, ਸਵੇਰੇ ਅਥਰੂ ਸ਼ਬਨਮ ਦੇ ਵਿੱਚ ਹੀ ਹਰ ਘੜੀ ਉੱਤੇ, ਸਵੇਰੇ ਅਥਰੂ ਸ਼ਬਨਮ ਦੇ ਵਿੱਚ ਹੀ ਹਰ ਘੜੀ ਉੱਤੇ। ਸ਼ੁਕਰੀਆ। ਇੱਕ ਹੋਰ ਨੌਜਵਾਨ ਸ਼ਾਇਰ ਸੁਖਵਿੰਦਰ ਸਨੇਹ ਨੇ ਗਜ਼ਲ ਪੇਸ਼ ਕੀਤੀ। ਇਨਾਮ ਸਾਡੀ ਜ਼ੁਬਾਨ ਨਾ ਫੜ, ਲੋਕਾਂ ਲਈ ਬਿਲਕਨੀ ਕੰਡ ਰਹਿਣ ਦੇ, ਕਲਮਾ ਵਾਲੇ ਨਾ ਹੁੰਦੇ ਕਦੇ ਸੁਰਖ ਰੂ, ਕਲਮਾ ਵਾਲੇ ਨਾ ਹੁੰਦੇ ਕਦੇ ਸੁਰਖ ਰੂ, ਸਾਡੇ ਸਿਰ ਉੱਤੇ ਫਰਜ਼ਾਂ ਦੀ ਪੰਡ ਰਹਿਣ ਦੇ, ਕਲਮਾ ਵਾਲੇ ਨਾ ਹੁੰਦੇ ਕਦੇ ਸੁਰਖ ਰੂ, ਡਿੱਗ ਡਿੱਗ ਕੇ ਹੋਇਆ ਸਵਾਰ ਮਸਾਂ, ਸਾਡੇ ਅਥਰੇ ਅਸ਼ਵ ਨੂੰ ਲਗਾਮ ਨਾ ਲਾ, ਦੇ ਕੇ ਸੋਨੇ ਦੀ ਕਲਮ ਤੇ ਧਨ ਰਾਸ਼ੀਆਂ, ਸਾਡੀ ਲਿਖਣੀ ਦੇ ਉੱਤੇ ਵਿਰਾਮ ਨਾ ਲਾ, ਸਾਡੇ ਸਾਹਾਂ ਚ ਮਿੱਟੀ ਦੀ ਮਹਿਕ ਰਹੇ, ਸਾਡੇ ਸਾਹਾਂ ਚ ਮਿੱਟੀ ਦੀ ਮਹਿਕ ਰਹੇ, ਥਾਪੜੇ ਨੂੰ ਤਰਸਦੀ ਕੰਡ ਰਹਿਣ ਦੇ, ਕਲਮਾ ਵਾਲੇ ਨਾ ਹੁੰਦੇ ਕਦੇ ਸੁਰਖ ਰੂ। ਸਤਰਾ ਲਿਖਿਓ, ਦੇਸ਼ ਨੇ ਕਾਦਾ ਚੁਣਿਆ ਹੁਕਮਰਾਨ ਤੂੰ, ਰੱਬ ਵਾਂਗੂ ਹਰ ਇੱਕ ਥਾਂ ਵਿਚਰਦਾ ਪਿਆ, ਕਿਤੇ ਸਾਹਾਂ ਚ ਬਾਰੂਦ ਭਰਦਾ ਪਿਆ, ਕਿਤੇ ਪਾਣੀ ਦੀ ਪੋਛਾੜ ਕਰਦਾ ਪਿਆ, ਕਿਤੇ ਨੋਟ ਸੁੱਟੇ ਕਿਤੇ ਚਿੰਗਾਰੀਆਂ, ਕਿਤੇ ਨੋਟ ਸੁੱਟੇ ਕਿਤੇ ਚਿੰਗਾਰੀਆਂ, ਕਾਤੋਂ ਕਰਦਾ ਕਹਾਣੀ ਓਏ ਵੰਡ ਰਹਿਣ ਦੇ, ਕਲਮਾਂ ਵਾਲੇ ਨਾ ਹੁੰਦੇ ਕਦੇ ਸੁਰਖ ਰੂ। ਜਿਹੜੀ ਮੰਜ਼ਲ ਮਿੱਠੀ ਸੀ ਅਜੇ ਦੂਰ ਹੈ, ਸਾਡੇ ਹਿੱਸੇ ਚ ਰਹਿੰਦੇ ਸਦਾ ਫਾਸਲੇ, ਅਸੀਂ ਤੁਰਦੇ ਰਹਾਂਗੇ ਰੁਕਾਂਗੇ ਨਹੀਂ, ਹੁੰਦੇ ਆਏ ਨੇ ਭਾਵੇਂ ਕਤਲ ਕਾਫਲੇ, ਅਸੀਂ ਤੁਰਦੇ ਰਹਾਂਗੇ ਰੁਕਾਂਗੇ ਨਹੀਂ, ਹੁੰਦੇ ਆਏ ਨੇ ਭਾਵੇਂ ਕਤਲ ਕਾਫਲੇ, ਸਾਡੀ ਆਵਾਜ਼
ਸਭਾ ਲੈਣਗੇ ਸਾਡੀ ਆਵਾਜ਼ ਬੈਰੀ ਦਬਾ ਲੈਣਗੇ ਇਸ ਗੱਲ ਦਾ ਉਹਨਾਂ ਨੂੰ ਘੁਮੰਡ ਰਹਿਣ ਦੇ ਕਲਮਾ ਵਾਲੇ ਨਾ ਹੁੰਦੇ ਕਦੇ ਸੁਰਖ ਰੂ ਆਖਿਰ ਸਤਰਾ ਕਹਿ ਰਹੇ ਜੀ ਕੁਝ ਵਿਦੇਸ਼ੀ ਰਾਜਨੀਤਿਕ ਮਹਿਮਾਨਾਂ ਦੀ ਗੱਲ ਕਰਾਂਗਾ ਤੇਰੇ ਨਾਲ ਜੋ ਸਾਂਝੇ ਕਰੇ ਕਹਿ ਕਹੇ ਉਹ ਮਹਿਮਾਨ ਤੈਨੂੰ ਮੁਬਾਰਕ ਰਹੇ ਅਸੀਂ ਵੰਡੀਏ ਸਨੇਵਾਲ ਖੁਸ਼ਬੂ ਸਦਾ ਤੇਰਾ ਫੁੱਲਦਾਨ ਤੈਨੂੰ ਮੁਬਾਰਕ ਰਹੇ ਅਸੀਂ ਵੰਡੀਏ ਸਨੇਵਾਲ ਖੁਸ਼ਬੂ ਸਦਾ ਤੇਰਾ ਫੁੱਲਦਾਨ ਤੈਨੂੰ ਮੁਬਾਰਕ ਰਹੇ ਸਾਡੇ ਵਿਹੜੇ ਚ ਕਿੱਕਰਾਂ ਦੇ ਫੁੱਲ ਰਹਿਣ ਦੇ ਸਾਡੇ ਵਿਹੜੇ ਚ ਕਿੱਕਰਾਂ ਦੇ ਫੁੱਲ ਰਹਿਣ ਦੇ ਪਾਟੀ ਪਗੜੀ ਚੋਂ ਨਿਕਲੀ ਹੋਈ ਚੰਡ ਰਹਿਣ ਦੇ ਕਲਮਾਂ ਵਾਲੇ ਨਾ ਹੁੰਦੇ ਕਦੇ ਸੁਰਖ ਰੂ ਸਾਡੇ ਸਿਰੀ ਉੱਤੇ ਫਰਜ਼ਾਂ ਦੀ ਪੰਡ ਰਹਿਣ ਦੇ ਕਲਮਾਂ ਵਾਲੇ ਨਾ ਹੁੰਦੇ ਕਦੇ ਸੁਰਖ ਰੂ ਕਦੇ ਸੁਰਖ ਰੂ ਸ਼ੁਕਰੀਆ ਗੀਤਕਾਰ ਦਰਸ਼ਨ ਚੀਮਾ ਨੇ ਹਾਕਮਾਂ ਨੂੰ ਵੰਗਾਰ ਦਾ ਇਹ ਗੀਤ ਸੁਣਾਇਆ ਇਹ ਪੈਮ ਤੇਰਾ ਹਾਕਮਾਂ ਇਹ ਪੈਮ ਤੇਰਾ ਹਾਕਮਾਂ ਮਾੜੇ ਨਾ ਜਾਣੀ ਵਕਤਾ ਦੇ ਮਾਰੇ ਸੋਇਆਂ ਨੂੰ ਹਾਰੇ ਨਾ ਜਾਣੀ ਇਹ ਪੈਮ ਤੇਰਾ ਹਾਕਮਾਂ ਮੰਨਿਆ ਕਿ ਚੁੱਲ੍ਹੇ ਠੰਡੜੇ ਮੰਨਿਆ ਕਿ ਚੁੱਲ੍ਹੇ ਠੰਡੜੇ ਪਰਾਂ ਚ ਸਹਿ ਕੇ ਜੋ ਚਾਲ ਨਵੀਂ ਤੂੰ ਚੱਲ ਰਿਹਾ ਉਹਦਾ ਵੀ ਭੇਤ ਹੈ ਜੋ ਚਾਲ ਨਵੀਂ ਤੂੰ ਚੱਲ ਰਿਹਾ ਉਹਦਾ ਵੀ ਭੇਤ ਹੈ ਕੁਲੀਆਂ ਕਿਲੇ ਬਣ ਜਾਣੀਆਂ ਕੁਲੀਆਂ ਕਿਲੇ ਬਣ ਜਾਣੀਆਂ ਤਾਰੇ ਨਾ ਜਾਣੀ ਵਕਤ ਤਾਂ ਦੇ ਮਾਰੇ ਹੋਇਆ ਨੂੰ ਹਾਰੇ ਨਾ ਜਾਣੀ ਇਹ ਵਹਿਮ ਤੇਰਾ ਹਾਕਮਾਂ ਗੁੜਤੀ ਮਿਲੀ ਦਸ਼ਮੇਸ਼ ਤਾਂ ਗੁੜਤੀ ਮਿਲੀ ਦਸ਼ਮੇਸ਼ ਤਾਂ ਕੱਲੇ ਵੀ ਲੜਨਾ ਜਾਣਦੇ ਸਿਦਕੋ ਕਦੇ ਨਾ ਡੋਲੀਏ ਹਰ ਥਾਂ ਤੇ ਅੜਨਾ ਜਾਣਦੇ ਸਿਦਕੋ ਕਦੇ ਨਾ ਡੋਲੀਏ ਹਰ ਥਾਂ ਤੇ ਅੜਨਾ ਜਾਣਦੇ ਪਾ ਲਈ ਸਿਰਾਂ ਦੇ ਮੁੱਲ ਤੂੰ ਪਾ ਲਈ ਸਿਰਾਂ ਦੇ ਮੁੱਲ ਦੀ ਪਾੜੇ ਨਾ ਜਾਣੀ ਵਕਤਾਂ ਦੇ ਮਾਰੇ ਹੋਇਆ ਨੂੰ ਹਾਰੇ ਨਾ ਜਾਣੀ ਇਹ ਵਹਿਮ ਤੇਰਾ ਆਤਮਾ ਚੁੱਪਾਂ ਦੇ ਥਾਂ ਦੇਖ ਲਈ ਹੋ ਚੁੱਪਾਂ ਦੇ ਥਾਂ ਦੇਖ ਲਈ ਲੁਕਿਆ ਹੋਣਾ ਤੂਫਾਨ ਵੀ ਇੱਕ ਨਹੀਂ ਅਨੇਕਾਂ ਉੱਠਣੇ ਹੋਊ ਤਰੀ ਤੇ ਜਾਨ ਵੀ ਇੱਕ ਨਹੀਂ ਅਨੇਕਾਂ ਉੱਠਣੇ ਹੋਊ ਤਰੀ ਤੇ ਜਾਨ ਵੀ ਪੱਥਰ ਤੇ ਗੀਤ ਜੋ ਆਖਦੇ ਪੱਥਰ ਤੇ ਗੀਤ ਜੋ ਆਖਦੇ ਲਾਰੇ ਨਾ ਜਾਣੀ ਵਕਤਾਂ ਦੇ ਮਾਰੇ ਹੋਇਆ ਨੂੰ
ਸੁਖਵਿੰਦਰ ਧਾਲੀਵਾਲ ਨੇ ਵੀ ਗੀਤ ਨਾਲ ਰੰਗ ਬੰਨਿਆ। ਉਨੈਣਾ ਵਿੱਚ ਡੁੱਬ ਚੱਲਿਆ, ਨੈਣਾ ਵਿੱਚ ਡੁੱਬ ਚੱਲਿਆ ਰੀ ਮੁੰਡਾ ਸੱਤ ਪੱਤਣਾ ਦਾ ਤਾਰੂ, ਇੱਕ ਤੇਰੀ ਅੱਖ ਮਾਰ ਗਈ ਨੀ ਦੂਜਾ ਲੱਗਦਾ ਹੁਲਾਰਾ ਮਾਰੂ, ਨੈਣਾ ਵਿੱਚ ਡੁੱਬ ਚੱਲਿਆ ਬਿਨਾ ਕੁਝ ਕਹੇ ਸੁਣੇ ਤੋਰੀ ਤੇਰੇ ਦਿਲ ਦੀ ਰਮਜ ਮੈਂ ਆਪੇ ਸੋਲ ਚਾਲ ਆਣ ਕੇ ਨੀ ਲੱਭੇ ਤੰਦ ਨਾ ਪੁੱਜਿਆਣਾ, ਆਪੇ ਸੋਲ ਚਾਲ ਆਣ ਕੇ ਨੀ ਲੱਭੇ ਤੰਦ ਨਾ ਉਲਝਿਆ ਤਾਣਾ, ਹਰ ਵੇਲੇ ਹੁਸਨ ਤੇਰਾ ਨੀ ਸਾਡੇ ਇਸ਼ਕ ਤੇ ਹੋਇਆ ਪਾਰੂ, ਨੈਣਾ ਵਿੱਚ ਡੁੱਬ ਚੱਲਿਆ ਗਜ ਲੰਮੀ ਪੁੱਤ ਲਾਗਣੀ ਵਿੱਚ ਹਵਾ ਦੇ ਸ਼ੂਕ ਦੀ ਦਿਨ ਵੇਲੇ ਆਵੇ ਚੈਨਾ ਰਾਤੀ ਨੈਣਾ ਨੂੰ ਨੀਂਦ ਨਾ ਪੈਂਦੀ, ਭੁੱਖ ਪਿਆਸ ਨਹੀਂ ਉਹ ਲੱਗਦੀ ਨੀ ਹਾਲੇ ਹੋਰ ਕਿਹੜਾ ਕਹਿਰ ਗੁਜ਼ਾਰੂ, ਨੈਣਾ ਵਿੱਚ ਡੁੱਬ ਚੱਲਿਆ ਹੱਟੀ ਪੱਠੀ ਗੱਲ ਛਿੜ ਗਈ ਮੁੰਡਾ ਰਾਹਾਂ ਚ ਖੜੋਵੇ ਨਿੱਤ ਤੇਰੇ, ਦੇਖਣੇ ਨੂੰ ਤਰਸ ਗਏ ਨੀ ਤੇਰੀ ਤੀਜ ਦੇ ਪਿਆਸੇ ਮੇਰੇ, ਦੇਖਣੇ ਨੂੰ ਤਰਸ ਗਏ ਨੀ ਤੇਰੀ ਤੀਜ ਦੇ ਪਿਆਸੇ ਮੇਰੇ, ਉਹ ਕਦੋਂ ਤੱਕ ਫੋਟੋ ਵੇਖ ਕੇ ਨਹੀਂ ਜੱਜ ਤਪਦਾ ਕਾਲ ਜਾ ਠਾਰੂ, ਨੈਣਾ ਵਿੱਚ ਡੁੱਬ ਚੱਲਿਆ ਸੀਨੇ ਲਾ ਲੈ ਤਾਲੀਵਾਲ ਨੂੰ ਕਰੇ ਮੁੜ ਕੇ ਦੂਰ ਨਾ ਜਾਵੀਂ, ਅੱਖੀਆਂ ਚ ਮੈਂ ਵਸਣਾ ਹੁਣ ਸੁਰਮਾ ਮੂਲ ਨਾ ਪਾਵੀਂ, ਅੱਖੀਆਂ ਚ ਮੈਂ ਬਲਜਿੰਦਰ ਸੰਗੀਲਾ ਨੇ ਵੀ ਗੀਤ ਨਾਲ ਹੀ ਹਾਜ਼ਰੀ ਲਗਵਾਈ। ਮੰਦਰਾਂ ਦੇ ਚੱਲ ਖੜੇ ਕੌਣੇ ਛੱਡ ਵਿੱਚ ਮਸੀਤਾਂ ਹੋ ਕੇ ਲਾਉਣੇ ਛੱਡ, ਦੁਖੀਆਂ ਦੇ ਦਰਦ ਵੰਡਾ ਲੈ ਤੂੰ, ਦੁਖੀਆਂ ਦੇ ਦਰਦ ਵੰਡਾ ਲੈ ਰੱਬ ਆਪੇ ਰਾਵੀ ਹੋ ਜੂਗਾ, ਰੱਬ ਆਪੇ ਰਾਵੀ ਹੋ ਜੂਗਾ, ਰਾਹਾਂ ਦੇ ਕੰਢੇ ਪੂੰਝ ਲੈ ਤੂੰ, ਰੋਂਦਿਆਂ ਦੇ ਹੰਝੂ ਪੂੰਝ ਲੈ ਤੂੰ, ਡਿੱਗਿਆਂ ਨੂੰ ਗਲ ਨਾਲ ਲਾ ਲੈ ਤੂੰ, ਡਿੱਗਿਆਂ ਨੂੰ ਗਲ ਨਾਲ ਲਾ ਲੈ ਏ ਰੱਬ ਆਪੀ ਰਾਵੀ ਹੋ ਜੂਗਾ, ਰੱਬ ਆਪੀ ਰਾਵੀ ਹੋ ਜੂਗਾ, ਪੂਜ ਪੂਜ ਕੇ ਪੱਥਰਾਂ ਨੂੰ ਤੇ ਤੂੰ ਵੀ ਬਣ ਕਿਉਂ ਪੱਥਰ ਦਾ, ਗ੍ਰੰਥ ਪੋਥੀਆਂ ਪੜ ਲਈਆਂ ਪਰ ਇਲਮ ਨਾ ਹੋਇਆ ਅੱਖਰ ਦਾ, ਅਨਪੜ ਨੂੰ ਅੱਖਰ ਪੜਾ ਦੇ ਰੱਬ ਆਪੀ ਰਾਵੀ ਹੋ ਜੂਗਾ, ਰੱਬ ਆਪੀ ਰਾਵੀ ਹੋ ਜੂਗਾ, ਘਰ ਮਾਪੇ ਭੁੱਖਣ ਭਾਣੇ ਨੇ ਤੂੰ ਲੰਗਰ ਲਾਉਂਦਾ ਫਿਰਦਾ, ਘਰ ਨਿਆਣੇ ਭੁੱਖਣ ਭਾਣੇ ਨੇ ਤੂੰ ਲੰਗਰ ਲਾਉਂਦਾ ਫਿਰਦਾ, ਜਗਰਾਤੇ ਪਾਠ ਕਰਾਉਣਾ ਏ ਪਰ ਦਇਆ ਤੂੰ ਖਾਲੀ ਹਿਰਦਾ, ਮੱਥੇ ਥਾਂ ਥਾਂ ਟੇਕਦਾ ਫਿਰਦਾ ਏ ਤੂੰ, ਮੱਥੇ ਥਾਂ ਥਾਂ ਟੇਕਦਾ ਫਿਰਦਾ ਏ ਕਿਤੇ ਇੱਕ ਥਾਂ ਮਨ ਟਿਕਾ ਲੈ ਰੱਬ ਆਪੀ ਰਾਵੀ ਹੋ ਜੂਗਾ, ਰੱਬ ਆਪੀ ਰਾਵੀ ਹੋ ਜੂਗਾ, ਇਹ ਨੱਚ ਕੇ ਰਾਜ਼ੀ ਨਹੀਂ ਹੋਣਾ
ਇਹ ਗਾ ਕੇ ਰਾਜ਼ੀ ਨਹੀਂ ਹੋਣਾ, ਇਹ ਸਵਾ ਵਿੱਚ ਰਾਜ਼ੀ ਨਹੀਂ ਹੋਣਾ, ਇਹ ਨਾ ਕੇ ਰਾਜ਼ੀ ਨਹੀਂ ਹੋਣਾ, ਇਹ ਪਾ ਕੇ ਰਾਜ਼ੀ ਨਹੀਂ ਹੋਣਾ, ਇਹ ਲਾ ਕੇ ਰਾਜ਼ੀ ਨਹੀਂ ਹੋਣਾ। ਜੇ ਰੱਬ ਕਰਨਾ ਚਾਹੁੰਦਾ ਰਾਜ਼ੀ, ਤੂੰ ਨਾ ਬਣ ਮੁੱਲਾ ਨਾ ਬਣ ਕਾਜ਼ੀ। ਜੇ ਰੱਬ ਕਰਨਾ ਚਾਹੁੰਦਾ ਰਾਜ਼ੀ, ਤੂੰ ਨਾ ਬਣ ਮੁੱਲਾ ਨਾ ਬਣ ਕਾਜ਼ੀ। ਜੇ ਤੂੰ ਜਿੱਤਣੀ ਚਾਹੁੰਦਾ ਬਾਜ਼ੀ, ਦਿਲ ਤੋੜਿਆ ਕਿਸੇ ਗਰੀਬ ਦਾ ਜੇ, ਦਿਲ ਤੋੜਿਆ ਕਿਸੇ ਗਰੀਬ ਦਾ ਜੇ, ਪੈਰੀ ਪੈ ਕੇ ਭੁੱਲ ਬਖਸ਼ਾ ਲੈ, ਰੱਬ ਆਪੇ ਰਾਜ਼ੀ ਹੋ ਜੂਗਾ, ਰੱਬ ਆਪੇ ਰਾਜ਼ੀ ਹੋ ਜੂਗਾ, ਇਹ ਰੱਬ ਆਪੇ ਰਾਜ਼ੀ ਹੋ ਜੂਗਾ, ਰੱਬ ਆਪੇ ਰਾਜ਼ੀ ਹੋ ਜੂਗਾ। ਸਮਾਗਮ ਦੇ ਕਨਵੀਨਰ ਤੇ ਅਕਾਦਮੀ ਦੇ ਐਸੋਸੀਏਟ ਮੈਂਬਰ ਬਲਵੰਤ ਭਾਟਿਆ ਨੇ ਵੀ ਆਪਣੀ ਨਜ਼ਮ ਨਾਲ ਆਪਣੀ ਸ਼ਾਇਰੀ ਦਾ ਰੰਗ ਸਾਂਝਾ ਕੀਤਾ। ਦੁੱਧੇ ਦੀ ਬਾਤ ਮੇਰੀ ਕਵਿਤਾ ਦੇ ਸਤਾਰ ਦੇ ਵਿੱਚੋਂ ਦ੍ਰੋਪੀ, ਇਹਦੂ ਤਾਂ ਚੰਗਾ ਹੁੰਦਾ ਮੈਨੂੰ ਕਾਰਤਾਂ ਦੀ ਸਭਾ ਚ ਨਗਨ ਕਰ ਦਿੰਦੇ, ਇਹਦੂ ਤਾਂ ਚੰਗਾ ਹੁੰਦਾ ਮੈਨੂੰ ਕਾਰਤਾਂ ਦੀ ਸਭਾ ਚ ਨਗਨ ਕਰ ਦਿੰਦੇ, ਪੂਰਨ ਤੌਰ ਤੇ ਨਗਨ, ਇਦੋਂ ਤਾਂ ਚੰਗਾ ਹੁੰਦਾ ਮੈਨੂੰ ਕਾਰਵਾਂ ਦੀ ਸਭਾ ਚ ਨਗਨ ਕਰ ਦਿੰਦੇ, ਪੂਰਨ ਤੌਰ ਤੇ ਨਗਨ, ਮੈਂ ਨਿਤ ਨਿਤ ਤੇਰੇ ਅਸਥਾਨ ਹੇਠਾਂ ਨਗਨ ਹੋਣ ਤੋਂ ਤਾਂ ਬਚੀ ਰਹਿੰਦੀ, ਮੈਂ ਨਿਤ ਨਿਤ ਤੇਰੇ ਅਸਥਾਨ ਹੇਠਾਂ ਨਗਨ ਹੋਣ ਤੋਂ ਤਾਂ ਬਚੀ ਰਹਿੰਦੀ। ਉਹ ਸ਼ਕੀਨ ਤਾਂ ਤੂੰ ਵੀ ਔਰਤਾਂ ਨੂੰ ਨਿਰਵਸਤਰ ਦੇਖਣ ਦਾ ਹੀ ਹੈ, ਪਰ ਤੂੰ ਭਗਵਾਨ ਹੈ, ਤੈਨੂੰ ਸਭ ਛੋਟਾ ਨੇ, ਤੈਨੂੰ ਸਭ ਛੋਟਾ। ਇਸ ਤੋਂ ਬਿਨਾਂ ਤਰਸੇਮ, ਡਾਕਟਰ ਜਗਦੀਪ ਕੌਰ ਅਹੂਜਾ, ਰਾਜਵਿੰਦਰ ਮੀਰ ਤੇ ਤਨਵੀਰ ਆਦਿ ਸ਼ਾਇਰਾਂ ਨੇ ਖੁੱਲੀਆਂ ਕਵਿਤਾਵਾਂ ਰਾਹੀਂ ਆਪਣੇ ਮਨਾਂ ਦੇ ਹਾਵ ਭਾਵ ਸਾਂਝੇ ਕੀਤੇ। ਆਪਣੇ ਪ੍ਰਧਾਨਗੀ ਭਾਸ਼ਣ ਰਾਹੀਂ ਡਾਕਟਰ ਰਵਿੰਦਰ ਸੰਧੂ ਨੇ ਇਸ ਕਵੀ ਦਰਬਾਰ ਚ ਪੜੀਆਂ ਗਈਆਂ ਰਚਨਾਵਾਂ ਦੇ ਸੰਦਰਭ ਨਾਲ ਅਜੋਕੀ ਕਵਿਤਾ ਬਾਰੇ ਭਾਵਪੂਰਤ ਟਿੱਪਣੀਆਂ ਕੀਤੀਆਂ। ਮੈਂ ਸਮਝਦਾ ਕਿ ਕਵਿਤਾ ਜਿਹੜੀ ਉਹ ਕਿਸੇ ਵੀ ਪ੍ਰਕਾਰ ਦੇ ਪ੍ਰਧਾਨਗੀ ਭਾਸ਼ਣਾਂ ਤੋਂ ਮੁਕਤ ਹੁੰਦੀ ਹੈ, ਮੁਹਤਾਜ ਨਹੀਂ ਹੁੰਦੀ ਉਹ ਕਿਸੇ ਪ੍ਰਧਾਨ ਦੇ ਜਾਂ ਕਿਸੇ ਪ੍ਰਧਾਨਗੀ ਭਾਸ਼ਣ ਦੇ। ਮੈਂ ਜਦੋਂ ਇਸ ਦੌਰ ਦੀ ਕਵਿਤਾ ਨਾਲ ਤੁਸੀਂ ਸਾਰੇ ਜੁੜੇ ਹੋਏ ਹੋ, ਕਵੀ ਹੋ, ਸਰੋਤੇ ਹੋ, ਦੋਨਾਂ ਰੂਪਾਂ ਦੇ ਵਿੱਚ ਅਸੀਂ ਅੱਜ ਦੀ ਕਵਿਤਾ ਨਾਲ ਜੁੜੇ ਹੋਏ ਹਾਂ, ਜਦੋਂ ਮੈਂ ਅੱਜ ਦੀ ਕਵਿਤਾ ਨੂੰ ਵੇਖਦਾ ਤਾਂ ਮੈਨੂੰ ਲੱਗਦਾ ਹੈ ਕਿ ਇਹ ਕਵਿਤਾ ਕਿਸੇ ਵਿਸ਼ੇਸ਼ ਧਾਰਾ ਦੀ ਕਵਿਤਾ ਨਹੀਂ ਹੈ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਇਹ ਜਿਹੜਾ ਦੌਰ ਹੈ ਇਹ ਧਾਰਾਵਾਂ ਦਾ ਦੌਰ ਨਹੀਂ ਹੈ ਜਾਂ ਸਾਰੀਆਂ ਹੀ ਧਾਰਾਵਾਂ ਦਾ ਦੌਰ ਹੈ। ਅੱਜ ਵੀ ਜਿਹੜੀਆਂ ਕਵਿਤਾਵਾਂ ਸੁਣੀਆਂ ਹੋਣਗੀਆਂ ਉਹਨਾਂ ਦੇ ਵਿੱਚ ਤੁਸੀਂ ਵੀ ਮਹਿਸੂਸ ਕੀਤਾ ਹੋਊਗਾ ਕਿ ਇਹਨਾਂ ਕਵਿਤਾਵਾਂ ਦੇ ਵਿੱਚ ਸਾਨੂੰ ਪ੍ਰਗਤੀਵਾਦੀ ਸੁਰ ਵੀ ਸੁਣਨ ਨੂੰ ਮਿਲਦੀ ਆ, ਇਹਦੇ ਵਿੱਚ ਸਾਨੂੰ ਵਿਅਕਤੀਵਾਦੀ ਵਿਸ਼ਿਆਂ ਵਾਲੀਆਂ ਕਵਿਤਾਵਾਂ ਵੀ ਮਿਲੀਆਂ, ਇਹਦੇ ਵਿੱਚ ਸਾਨੂੰ ਨਾਰੀਵਾਦੀ ਵਿਸ਼ਿਆਂ ਵਾਲੀਆਂ ਕਵਿਤਾਵਾਂ ਵੀ ਮਿਲੀਆਂ, ਇਹਦੇ ਵਿੱਚ ਸਾਨੂੰ ਦਲਿਤ ਚਿੰਤਨ ਦੀ ਕੰਸੋਲ ਵੀ ਇਹਨਾਂ ਕਵਿਤਾਵਾਂ ਦੇ ਵਿੱਚੋਂ ਸਾਨੂੰ ਮਿਲੀ। ਸੋ ਜਿਸ ਦੌਰ ਦੇ ਵਿੱਚ ਅਸੀਂ ਹੁਣ ਰਹਿ ਰਹੇ ਹਾਂ ਇਹ ਕਿਸੇ ਵਿਸ਼ੇਸ਼ ਵਿਚਾਰਧਾਰਾ ਦਾ ਦੌਰ ਨਹੀਂ ਆ, ਇਹ ਸਾਰੀਆਂ ਹੀ ਧਾਰਾਵਾਂ ਦਾ ਦੌਰ ਹੈ। ਅਸੀਂ ਹਰੇਕ ਕਿਸਮ ਦੇ ਸਾਹਿਤ ਨੂੰ ਇੱਥੇ ਲਿਖਿਆ ਜਾਂਦਾ, ਪੰਥ ਦਾ ਵਿਕਾਸ ਕਰਦਾ ਵੇਖ ਰਹੇ ਹਾਂ, ਪਰ ਫਿਰ ਵੀ ਜੇ ਇੱਕ ਵਿਸ਼ੇਸ਼ ਸੁਰ ਦੀ ਅਸੀਂ ਪੰਜਾਬੀ ਕਵਿਤਾ ਦੀ ਗੱਲ ਕਰੀਏ ਤਾਂ ਪੰਜਾਬੀ ਕਵਿਤਾ ਹਮੇਸ਼ਾ ਹੀ ਪ੍ਰਭੂ ਸੱਤਾਵਾਂ ਦੇ ਵਿਰੋਧ ਦੇ ਵਿੱਚ ਖੜੀ ਹੁੰਦੀ ਰਹੀ ਹੈ। ਚਾਹੇ ਅਸੀਂ ਮੱਧਕਾਲੀ ਦੌਰ ਤੋਂ ਵੇਖੀਏ ਤਾਂ ਪੰਜਾਬੀ ਕਵਿਤਾ ਉਦੋਂ ਵੀ ਕਿਸੇ ਵੀ ਪ੍ਰਕਾਰ ਦੀ ਜਿਹੜੀ ਪ੍ਰਭੂ ਸੱਤਾ ਸੀ ਉਸ ਦੇ ਅਗੇਂਸਟ ਵਿਚਰਦੀ ਰਹੀ ਹੈ, ਚਾਹੇ ਉਹ ਧਾਰਮਿਕ ਪ੍ਰਭੂ ਸੱਤਾ ਹੋਵੇ, ਚਾਹੇ ਰਾਜਨੀਤਿਕ ਹੋਵੇ, ਚਾਹੇ ਸਮਾਜਿਕ ਹੋਵੇ, ਪੰਜਾਬੀ ਕਵਿਤਾ ਉਸ ਦੇ ਵਿਰੋਧ ਦੇ ਵਿੱਚ ਹੀ ਖੜਦੀ ਰਹੀ ਹੈ। ਸੋ ਇਹਨਾਂ ਕਵਿਤਾਵਾਂ ਦੇ ਵਿੱਚ ਵੀ ਸਾਨੂੰ ਉਸ ਕਿਸਮ ਦੀ ਜਿਹੜੀ ਵਿਰੋਧੀ ਸੁਰ ਹੈ ਜਿਹੜੀ ਚਾਹੇ ਸਟੇਟ ਦੇ ਵਿਰੋਧ 'ਚ ਜਾ ਰਹੀ ਹੈ, ਚਾਹੇ ਧਰਮ ਦੇ ਵਿਰੋਧ 'ਚ ਜਾ ਰਹੀ ਹੈ, ਉਹ ਸੁਰ ਸਾਨੂੰ ਇਹਨਾਂ ਕਵਿਤਾਵਾਂ ਦੇ ਵਿੱਚੋਂ, ਬਹੁਤੀਆਂ ਕਵਿਤਾਵਾਂ ਦੇ ਵਿੱਚ ਸਾਨੂੰ ਉਹ ਵੇਖਣ ਨੂੰ ਮਿਲਦੀ ਹੈ। ਜੋ ਮੈਨੂੰ ਇਹ ਲੱਗਦਾ ਕਿ ਸ਼ਾਇਦ ਅਸੀਂ ਹਜੇ ਜਿਹੜੀ ਚਿੰਤਨੀ ਕਿਸਮ ਦੀ ਕਵਿਤਾ, ਜਿਹੜੀ ਚਿੰਤਨ 'ਚੋਂ ਪੈਦਾ ਹੋਣ ਵਾਲੀ ਕਵਿਤਾ, ਅਸੀਂ ਉਹਦੇ ਮੇਚ ਦੇ ਹੋ ਰਹੇ ਹਾਂ। ਮੈਂ ਇਸ ਗੱਲ ਨੂੰ ਇਉਂ ਲਵਾਂਗਾ, ਇਹ ਨਹੀਂ ਕਹੂੰਗਾ ਕਿ ਅਸੀਂ ਹੋਏ ਨਹੀਂ ਹਾਂ, ਅਸੀਂ ਹੋ ਰਹੇ ਹਾਂ। ਸਾਡੇ ਕੋਲ ਜੇ ਉਸ ਕਿਸਮ ਦੀ ਕਵਿਤਾ ਆ ਰਹੀ ਹੈ ਤਾਂ ਇਹਦਾ ਮਤਲਬ ਅਸੀਂ ਉਸ ਵੱਲ ਨੂੰ ਜਾ ਰਹੇ ਹਾਂ ਕਿ ਅਸੀਂ ਚਿੰਤਨੀ ਕਿਸਮ ਦੀ ਕਵਿਤਾ
ਦਾ ਜਿਹੜਾ ਮੁਹਾਂਦਰ ਹੈ ਉਹਨੂੰ ਪਛਾਣਨ ਲੱਗੇ ਹਾਂ, ਉਹਦੇ ਨੈਣ ਨਕਸ਼ ਉਲੀਕਣ ਲੱਗੇ ਹਾਂ ਅਤੇ ਉਸਨੂੰ ਸਮਝਣ ਦੇ ਲਈ ਆਪਣੇ ਆਪ ਨੂੰ ਤਿਆਰ ਵੀ ਕਰ ਰਹੇ ਹਾਂ। ਨਾ ਸੋ ਕੋਈ ਵੀ ਲੇਖਕ ਆ ਜਿਹੜਾ ਉਹ ਆਪਣੇ ਅਨੁਭਵ ਤੋਂ ਬਾਹਰ ਜਾ ਕੇ ਆਪਣੇ ਅਨੁਭਵ ਤੋਂ ਵੱਡੀ ਕੋਈ ਗੱਲ ਕਹਿਣ ਦੇ ਯੋਗ ਨਹੀਂ ਹੁੰਦਾ। ਸੋ ਸਾਰੀਆਂ ਲਿਖਤਾਂ ਜਿਹੜੀਆਂ ਨੇ ਉਹ ਆਪਣੇ ਅਨੁਭਵ ਦੇ ਵਿੱਚੋਂ ਹੀ ਲੇਖਕ ਦੀਆਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ। ਸੋ ਕੋਈ ਵੀ ਲਿਖਤ ਵੱਡੀ ਛੋਟੀ ਨਹੀਂ ਹੁੰਦੀ, ਅਨੁਭਵ ਜਿਹੜਾ ਹੈਗਾ ਉਹ ਹੀ ਉਸਨੂੰ ਡਿਸਾਈਡ ਕਰਦਾ ਕਿ ਉਹ ਕਿਸ ਤਰ੍ਹਾਂ ਦੀ ਲਿਖਤ ਹੈ। ਜਦੋਂ ਮੈਂ ਗੀਤਾਂ ਨੂੰ ਸੁਣ ਰਿਹਾ ਸੀ ਤਾਂ ਇੱਕ ਗੱਲ ਮੇਰੇ ਧਿਆਨ ਦੇ ਵਿੱਚ ਆਈ, ਟਰਾਈ ਕੀਤੀ ਕਿ ਜਿਹੜੇ ਗੀਤ ਸੀ, ਗੀਤ ਮਰਦ ਵੱਲੋਂ ਔਰਤ ਦੀ ਆਵਾਜ਼ ਸੀ। ਜਿਹੜੇ ਗੀਤ ਇੱਥੇ ਪੜ੍ਹੇ ਗਏ, ਮਰਦ ਵੱਲੋਂ ਔਰਤ ਦੀ ਆਵਾਜ਼, ਇਉਂ ਕਿਉਂ ਆ? ਮਰਦ ਆਪਣੀ ਆਵਾਜ਼ ਚ ਗੱਲ ਕਿਉਂ ਨਹੀਂ ਕਹਿ ਰਿਹਾ? ਮੈਨੂੰ ਗੀਤਾਂ ਨੂੰ ਸੁਣਦਿਆਂ ਹੋਇਆ ਇਉਂ ਲੱਗਿਆ ਕਿ ਉਹ ਔਰਤ ਦੀ ਆਵਾਜ਼ ਚ ਕਿਉਂ ਗੱਲ ਕਰਦਾ, ਔਰਤ ਨੂੰ ਕਿਉਂ ਨਹੀਂ ਕਹਿਣ ਦਿੰਦਾ, ਔਰਤ ਕਿਉਂ ਨਹੀਂ ਕਹਿੰਦੀ? ਸਹੁੰ ਖਾਣ ਦਾ ਮਸਲਾ ਆਉਂਦਾ ਇੱਕ ਗੀਤ ਦੇ ਵਿੱਚ, ਸਹੁੰ ਦਾ ਮਸਲਾ ਆਇਆ, ਸਹੁੰ ਔਰਤ ਹੀ ਕਿਉਂ ਖਾਵੇ, ਮਰਦ ਕਿਉਂ ਨਾ ਖਾਵੇ? ਮਨਪ੍ਰੀਤ ਬੈਠਾ ਹੋਇਆ, ਬੱਚੇ ਪੱਤੇ ਵਾਲੀ ਆ ਜੀ ਬੈਠੇ ਨੇ, ਗੀਤਕਾਰੀ ਨਾਲ ਜੁੜੇ ਹੋਏ ਨੇ। ਮੇਰੇ ਮਨ ਦੇ ਵਿੱਚ ਪਤਾ ਨਹੀਂ ਕਿਉਂ ਇਹ ਗੱਲ ਸਾਰੀ ਗੀਤਾਂ ਨੂੰ ਸੁਣਨ ਤੋਂ ਮਗਰੋਂ ਸਟ੍ਰਾਈਕ ਕੀਤੀ ਕਿ ਕੀ ਕਾਰਨ ਹੈ ਕਿ ਔਰਤ ਦੀ ਆਵਾਜ਼ ਵੀ ਮਰਦ ਦੀ ਕਲਮ ਚੋਂ ਨਿਕਲ ਰਹੀ ਹੈ ਤੇ ਮਰਦ ਦੀ ਕਲਮ ਚੋਂ ਨਿਕਲਦੀ ਹੈ ਔਰਤ ਦੀ ਆਵਾਜ਼, ਪਰ ਜੇ ਸਹੁੰ ਖਾਣ ਦੀ ਗੱਲ ਆਉਂਦੀ ਹੈ ਤਾਂ ਮਰਦ ਨਹੀਂ ਖਾਂਦਾ, ਉਹ ਔਰਤ ਹੀ ਕਿਉਂ ਖਾਵੇ? ਇਹ ਵੀ ਇੱਕ ਸਾਡੇ ਸਮਾਜ ਦੇ ਵਿੱਚ ਮਰਦ ਬੰਨੀਓ ਮੇਲ ਡੋਮੀਨੈਂਸ ਦਾ ਇੱਕ ਜਿਹੜਾ ਰੂਪ ਅਸੀਂ ਵੇਖ ਸਕਦੇ ਹਾਂ ਕਿ ਮਰਦ ਆ ਜਿਹੜਾ ਉਹ ਔਰਤ ਦੇ ਮੂੰਹ ਦੇ ਵਿੱਚ ਆਪਣੀਆਂ ਗੱਲਾਂ ਪਾ ਰਿਹਾ ਕਿ ਤੂੰ ਇਹੋ ਜਿਹੀਆਂ ਗੱਲਾਂ ਹੀ ਕਰਨੀਆਂ ਨੇ, ਇਦੋਂ ਅੱਗੇ ਨਹੀਂ ਸੋਚਣਾ ਜਾਂ ਤੂੰ ਕੋਈ ਹੋਰ ਗੱਲ ਨਹੀਂ ਕਰ ਸਕਦੀ। ਮਰਦ ਕਿਉਂ ਨਿਰਧਾਰਿਤ ਕਰਦਾ ਕਿ ਮੈਂ ਜਿਹੜੀ ਗੱਲ ਤੈਨੂੰ ਕਹਿ ਰਿਹਾ ਤੂੰ ਇੰਨਾ ਹੀ ਸੋਚਣਾ ਨੇ, ਇਸ ਤਰ੍ਹਾਂ ਦੀਆਂ ਹੀ ਗੱਲਾਂ ਕਰਨੀਆਂ ਨੇ, ਇਹ ਅਸੀਂ ਕਿਉਂ ਨਿਰਧਾਰਿਤ ਕਰਕੇ ਦੇ ਰਹੇ ਹਾਂ? ਅਸੀਂ ਆਪਣੀ ਗੱਲ ਕਰੀਏ, ਗੀਤਾਂ ਦੇ ਵਿੱਚ ਮਰਦ ਨੇ ਗੱਲ ਕਰਨੀ ਹੈ ਤਾਂ ਮਰਦ ਆਪਣੇ ਪੁਆਇੰਟ ਆਫ ਵਿਊ ਤੋਂ ਗੱਲ ਕਰੇ, ਉਹ ਆਪਣੀਆਂ ਗੱਲਾਂ ਔਰਤ ਦੇ ਜ਼ਰੀਏ ਕਰਨ ਦੀ ਕੋਸ਼ਿਸ਼ 'ਚ ਕਿਉਂ ਰਹਿੰਦਾ? ਮੇਰੇ ਗੀਤਕਾਰ ਵੀਰ ਬੈਠੇ ਨੇ, ਮੈਨੂੰ ਲੱਗਦਾ ਥੋੜ੍ਹਾ ਜਿਹਾ ਇਸ ਦੇ ਬਾਰੇ 'ਚ ਜ਼ਰੂਰ ਸਾਨੂੰ ਸੋਚਣਾ ਚਾਹੀਦਾ ਕਿ ਸਾਡੀ ਗੀਤਕਾਰੀ ਹੈ ਜਿਹੜੀ ਉਹਦੇ ਵਿੱਚ ਇਸ ਤਰ੍ਹਾਂ ਕਿਉਂ ਹੁੰਦਾ, ਜਾਂ ਕਮ ਸੇ ਕਮ ਇਉਂ ਜ਼ਰੂਰ ਅਸੀਂ ਕਰ ਸਕਦੇ ਹਾਂ ਕਿ ਅਸੀਂ ਜਿਹੜੀ ਮੇਲ ਡੋਮੀਨੈਂਸ ਹੈ ਉਸ ਨੂੰ ਥੋੜ੍ਹਾ ਜਿਹਾ ਇਸ ਪੱਖ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰੀਏ, ਫੀਮੇਲਸ ਨੂੰ ਅਸੀਂ ਇਹ ਸਪੇਸ ਵੀ ਦੇਈਏ ਕਿ ਉਹ ਗੀਤਕਾਰੀ 'ਚ ਵੀ ਆ ਸਕਣ, ਨਾ ਉਹ ਆਪਣੀ ਗੱਲ ਆਪ ਕਹਿਣ, ਅਸੀਂ ਆਪਣੀ ਗੱਲ ਆਪ ਕਹੀਏ। ਇਹ ਗੱਲ ਆ ਜਿਹੜੀ ਇਹ ਮੈਨੂੰ ਪੰਜਾਬੀ ਕਵਿਤਾ ਦੇ ਬਾਰੇ 'ਚ ਬੜੀ ਖੁਸ਼ਨੁਮਾ ਲੱਗਦੀ ਹੈ, ਖੁਸ਼ ਕਰਨ ਵਾਲੀ ਲੱਗਦੀ ਹੈ ਕਿ ਅਸੀਂ ਚੇਤਨਾ ਤੋਂ ਚਿੰਤਨ ਵੱਲ ਨੂੰ ਜਾਣਾ ਸ਼ੁਰੂ ਕਰ ਰਹੇ ਹਾਂ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਿਹੜੀਆਂ ਚਿੰਤਨਸ਼ੀਲ ਕਵਿਤਾਵਾਂ ਨੇ ਉਹਨਾਂ ਨੂੰ ਕਵੀ ਦਰਬਾਰਾਂ ਦੇ ਵਿੱਚ ਉਵੇਂ ਮਾਣਨਾ ਸ਼ੁਰੂ ਕਰਾਂਗੇ ਜਿਵੇਂ ਅਸੀਂ ਜਗਰਾਜ ਧੌਲਾ ਉਹਨਾਂ ਦੇ ਗੀਤ ਨੂੰ ਮਾਣਿਆ, ਜਿਵੇਂ ਅਸੀਂ ਗੁਰਚੇਤ ਫਤਿਹਵਾਲੀਆ ਸਾਹਿਬ ਦੇ ਗੀਤ ਨੂੰ ਮਾਣਿਆ, ਉਸੇ ਤਰ੍ਹਾਂ ਹੀ ਜਿਹੜੀਆਂ ਸਾਡੀਆਂ ਚਿੰਤਨੀ ਕਵਿਤਾਵਾਂ ਨੇ ਉਹ ਸਾਡੇ ਲਈ ਮਾਨਣਯੋਗ ਵੀ ਬਣਨਗੀਆਂ ਅਤੇ ਹੁਣ ਅਸੀਂ ਉਹਨੂੰ ਸਮਝਣ ਦੇ ਦੌਰ ਦੇ ਵਿੱਚ ਹਾਂ। ਸੋ ਇਹ ਮੈਨੂੰ ਇੱਕ ਖੁਸ਼ਨੁਮਾ ਅਹਿਸਾਸ ਜ਼ਰੂਰ ਇਸ ਕਵੀ ਦਰਬਾਰ ਤੋਂ ਮਿਲਦਾ ਹੈ ਕਿ ਇਹ ਜਿਹੜਾ ਗੁਲਦਸਤਾ ਹੈ ਉਸਦੇ ਵਿੱਚ ਚੇਤਨਾ ਵੀ ਹੈਗੀ ਹੈ, ਉਹਦੇ ਵਿੱਚ ਚਿੰਤਨ ਵੀ ਹੈਗਾ ਅਤੇ ਅਸੀਂ ਠੀਕ ਰਸਤੇ ਦੇ ਉੱਪਰ ਅੱਗੇ ਜਾ ਰਹੇ ਹਾਂ। ਬਹੁਤ ਬਹੁਤ ਧੰਨਵਾਦ। ਪੰਜਾਬੀ ਸਾਹਿਤ ਅਕਾਡਮੀ ਦੀ ਪ੍ਰਧਾਨ ਤੇ ਪ੍ਰਸਿੱਧ ਕਵਿਤਰੀ ਡਾਕਟਰ ਸਰਬਜੀਤ ਕੌਰ ਸੋਹਿਲ ਨੇ ਆਪਣੇ ਵਿਚਾਰ ਇਸ ਤਰ੍ਹਾਂ ਸਾਂਝੇ ਕੀਤੇ। ਸੋ ਅਗਲੀ ਗੱਲ ਹੈ ਕਿ ਪੰਜਾਬ ਸਾਹਿਤ ਅਕੈਡਮੀ ਅਸੀਂ ਤੁਰੇ ਹਾਂ, ਜਿੱਦਾਂ ਅੱਜ ਤਾਂ ਸਾਨੂੰ ਬੜਾ ਹੀ ਮੈਨੂੰ ਲੱਗਾ ਕਿ ਖੀਵਾ ਸਾਹਿਬ ਨੇ ਬੜਾ ਉਹ ਗੱਲ ਕਹੀ ਕਿ ਇੱਕ ਰੱਥ ਚੱਲਿਆ ਹੈ ਪੰਜਾਬ ਸਾਹਿਤ ਅਕੈਡਮੀ ਦਾ ਚੰਡੀਗੜ੍ਹ ਤੋਂ ਬਠਿੰਡਾ, ਯਾਨੀ ਸਿਰੇ ਤੋਂ ਸਿਰੇ ਤੱਕ ਤਾਂ ਅਸੀਂ ਪਹੁੰਚ ਗਏ ਹਾਂ, ਵਿਚਲੇ ਪੜਾਅ ਹੁਣ ਅਸੀਂ ਹੌਲੀ ਹੌਲੀ ਤੈਅ ਕਰਾਂਗੇ। ਔਰ ਉਹਨਾਂ ਨੇ ਇੱਕ ਗੱਲ ਹੋਰ ਕਹੀ ਕਿ ਉਹ ਬੜੀ ਢੁਕਦੀ ਹੈ ਬਲਵੰਤ ਭਾਟੀਆ ਜੀ ਤੇ ਸਾਥੀ ਬਾਰੇ, ਤੇ ਉਹ ਕਿਉਂਕਿ ਇਹਨਾਂ ਨੇ ਇਹ ਪ੍ਰੋਗਰਾਮ ਦੀ ਆਯੋਜਨ ਦੇ ਵਿੱਚ ਬਹੁਤ ਵੱਡਾ ਜਿਹੜਾ ਰੂਪਰੇਖਾ ਸਾਰੀ ਦੀ ਸਾਰੀ ਇਹਨਾਂ ਨੇ ਉਲੀਕੀ ਆ, ਕਿੱਦਾਂ ਕਿ ਹਰ ਜ਼ਿਲ੍ਹੇ ਦੇ ਵਿੱਚੋਂ ਸਾਹਿਤ ਸੰਸਥਾਵਾਂ ਨਾਲ ਗੱਲ ਕੀਤੀ ਉਹਨਾਂ ਨਾਲ, ਕਿਉਂਕਿ ਸਾਰਿਆਂ ਨੂੰ ਅਸੀਂ ਨਹੀਂ ਜਾਣਦੇ ਹੁੰਦੇ, ਸਾਰੇ ਲੇਖਕਾਂ ਦਾ ਨਹੀਂ ਪਤਾ ਹੁੰਦਾ, ਤਾਂ ਉਹ ਚੀਜ਼ਾਂ ਨੂੰ ਸਮਾਂ ਦੇਣਾ
ਅੱਜ ਕੱਲ ਹਰੇ ਕੋਲੇ ਪੈਸਾ ਵੀ ਹੋਊਗਾ, ਹਰੇ ਕੋਲੇ ਰੁਤਬੇ ਵੀ ਹੋਣਗੇ, ਅਹੁਦੇ ਵੀ ਹੋਣਗੇ, ਪਰ ਕੋਈ ਸਮਾਂ ਨਹੀਂ ਦੇ ਸਕਦਾ ਹੋਊਗਾ। ਸਮਾਂ ਬਹੁਤ ਕੀਮਤੀ ਆ। ਸੋ ਇਸ ਤਰ੍ਹਾਂ ਇਹਨਾਂ ਪ੍ਰੋਗਰਾਮਾਂ ਲਈ ਸਮਾਂ ਦੇਣਾ, ਤੇ ਉਹ ਵੀ ਸਵੈ ਤੋਂ ਉੱਪਰ ਉੱਠ ਕੇ। ਅਸੀਂ ਨਹੀਂ ਚਾਹੁੰਦੇ ਕੋਈ ਕੋਈ ਖੇਮਾ ਹੋਵੇ, ਕੋਈ ਮੱਠ ਹੋਵੇ ਜਾਂ ਸਾਹਿਤਕਾਰੀ ਮੱਠਾ ਧਾਰੀ ਨਾ ਹੋਵੇ। ਅਸੀਂ ਇਹ ਚਾਹੁੰਦੇ ਹਾਂ ਕਿ ਅਸੀਂ ਸਾਰੇ ਰਲ ਕੇ ਇੱਕ ਵਧੀਆ ਸਮਾਜ ਦੀ ਸਿਰਜਣਾ ਕਰੀਏ। ਸਾਰੇ ਕਵੀ, ਸਾਰੇ ਲੇਖਕ, ਜੋ ਜੋ ਲਿਖਦੇ ਨੇ, ਜੋ ਜੋ ਯੋਗਦਾਨ ਉਹ ਪਾ ਰਹੇ ਨੇ, ਉਹ ਸਾਰੇ ਦਾ ਸਾਰਾ ਜਿਹੜਾ ਆ ਸਭ ਦੇ ਸਾਹਮਣੇ ਆਵੇ। ਮੈਂ ਪੜ੍ਹ ਰਹੀ ਸੀ ਅੱਜ ਸਵੇਰੇ ਇੱਕ ਕਿਤਾਬ ਪਾਬਲੋ ਨੇਰੂਦਾ ਦੇ ਬਾਰੇ ਚ ਸੀਗੀ, ਤੇ ਉਹਦੇ ਚ ਉਹਨੇ ਲਿਖਿਆ ਸੀ ਕਿ ਕੁਛ ਬੜੀ ਦੇਰ ਉਹਨੂੰ ਕਿਸੇ ਨੇ ਪੜ੍ਹਿਆ ਹੀ ਨਹੀਂ। ਉਹਦੇ ਮਰਨ ਤੋਂ 33 ਸਾਲ ਬਾਅਦ ਉਹਦੀ ਜਿਹੜੀ ਆ ਗੱਲ ਹੋਈ, ਤਾਂ ਮੈਨੂੰ ਲੱਗਦਾ ਹੁੰਦਾ ਕਿ ਜਿਉਂਦੇ ਜੀ ਕਿਸੇ ਦਾ ਮੁੱਲ ਪਾਉਂਦੇ ਨਹੀਂ ਇੱਥੇ ਅਸੀਂ, ਤਾਂ ਉਹ ਜਿਹੜਾ ਪਾਉਂਦੇ ਨਹੀਂ ਆ ਉਸਨੂੰ ਸ਼ਾਇਦ ਰਿਵਰਸ ਕਰਨਾ, ਸ਼ਾਇਦ ਮੇਰੇ ਕੋਲ ਵੀ ਉਦਾਂ ਮੁਮਕਿਨ ਨਾ ਹੋਵੇ, ਪਰ ਮੇਰੀ ਇਹ ਕੋਸ਼ਿਸ਼ ਆ ਕਿ ਹਰ ਵਿਅਕਤੀ ਨੂੰ ਉਹਦਾ ਬਣਦਾ ਸਾਹਿਤਕਾਰ ਨੂੰ ਸਨਮਾਨ ਜ਼ਰੂਰ ਮਿਲੇ। ਕਿ ਜੇ ਕੋਈ ਆਵੇ ਤੇ ਇਹ ਹੋਵੇ ਕਿ ਹਾਂ ਇਹ ਕਵੀ ਆ, ਇਹ ਸਾਹਿਤਕਾਰ ਆ, ਤੇ ਉਹਦੇ ਸਨਮਾਨ ਚ ਲੋਕ ਖੜੇ ਹੋਣ, ਕਿਉਂਕਿ ਉਹ ਇੱਕ ਚੰਗਾ ਕਾਰਜ ਕਰ ਰਿਹਾ। ਜਿੱਦਾਂ ਅਧਿਆਪਕ ਨੂੰ ਸਨਮਾਨ ਮਿਲਦਾ, ਜਪਾਨ ਚ ਕਹਿੰਦੇ ਨੇ ਕਿ ਸਭ ਤੋਂ ਵੱਡਾ ਸਨਮਾਨ ਅਧਿਆਪਕ ਕੋਲੇ ਹੁੰਦਾ, ਉਹ ਸਿਰਫ ਕੋਰਟ ਚ ਜਾ ਕੇ ਬੈਠ ਸਕਦਾ, ਹੋਰ ਕੋਈ ਨਹੀਂ। ਸੋ ਇਸੇ ਤਰ੍ਹਾਂ ਸਾਹਿਤਕਾਰਾਂ ਦਾ ਸਨਮਾਨ ਹੋਵੇ, ਵੱਡਾ ਨਾਮ ਹੋਵੇ, ਪਰ ਉਹ ਤਾਂ ਹੋਊਗਾ ਜੇ ਅਸੀਂ ਆਪਣੇ ਸਵੈ ਤੋਂ ਉੱਪਰ ਉੱਠ ਕੇ ਗੱਲ ਕਰਾਂਗੇ, ਕੰਮ ਕਰਾਂਗੇ। ਸੋ ਇਸ ਮਨਸ਼ੇ ਦੇ ਨਾਲ ਜਿਹੜਾ ਅੱਜ ਦਾ ਇਹ ਕਵੀ ਦਰਬਾਰ ਹੋਇਆ, ਕੀ ਦਰਬਾਰ ਵੀ ਸੀ, ਅਸੀਂ ਗੱਲਾਂ ਕੀਤੀਆਂ, ਅਸੀਂ ਸੁਣੀਆਂ ਬੜੇ ਨਵੇਂ ਨਵੇਂ ਵਿਚਾਰ। ਮੰਚ ਸੰਚਾਲਨ ਜਸਪਾਲ ਮਾਨਖੇੜਾ ਨੇ ਕੀਤਾ, ਸੰਪਾਦਕ ਤੇ ਵਾਚਕ ਹਰਮੇਲ ਪ੍ਰੀਤ, ਪੇਸ਼ਕਸ਼ ਰੇਡੀਓ ਪੰਜਾਬ ਟੂਡੇ।